ਕਿਉਂਕਿ ਉਹਨਾਂ ਦਾ ਪ੍ਰੋਗਰਾਮ ਜਿਹੜਾ ਕਿ ਕੁੱਲ ਦੁਨੀਆ 'ਚ ਸੁਣਿਆ ਜਾਂਦਾ ਹੈਗਾ, ਉਹਦੇ ਵਿੱਚ ਵੀ ਤੁਹਾਡੇ ਕੋਲ ਮੌਕਾ ਹੁੰਦਾ, ਪਰ ਉਹ ਅੱਜ ਮੇਰੇ ਮਹਿਮਾਨ ਨੇ ਤੇ ਅੱਜ ਅਸੀਂ ਉਹਨਾਂ ਨੂੰ ਬਤੌਰ ਕੈਂਡੀਡੇਟ ਉਹਨਾਂ ਦੇ ਇਸ ਫੈਸਲੇ ਬਾਰੇ ਤੇ ਵੱਖ ਵੱਖਰੇ ਇਸ਼ੂਜ਼ ਬਾਰੇ, ਉਹਨਾਂ ਦੇ ਵਿਚਾਰਾਂ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ। ਤੁਹਾਡੇ ਕੋਲ ਮੌਕਾ ਹੋਏਗਾ ਜਦੋਂ ਤੁਹਾਨੂੰ ਆਖਿਆ ਕਾਲ ਵੀ ਕਰ ਸਕਦੇ ਹੋ 1-844-247-1550। ਹਰਜੀਤ ਸਿੰਘ ਗਿੱਲ ਜੀ ਸਤਿ ਸ੍ਰੀ ਅਕਾਲ, ਜੀ ਆਇਆਂ ਨੂੰ ਵੈਲਕਮ। ਬਾਈ ਜੀ ਸੁਮਣਾ ਸਾਹਿਬ, ਤੁਹਾਡੇ ਸਮੇਂ ਲਈ ਤੇ ਤੁਹਾਡੇ ਸ਼ਮਾਦਾਨ ਦੇ ਵਿੱਚ ਸਮਾਂ ਦੇਣ ਦੇ ਲਈ। ਕੁਲੀਗ ਆਪਾਂ ਹੈ, ਆਪਾਂ ਇੱਕੋ ਹੀ ਮੰਚ ਤੇ ਕੰਮ ਕਰ ਰਹੇ ਹਾਂ ਪਿਛਲੇ, ਮੈਂ 10 ਸਾਲ ਹੋ ਗਏ ਤੁਹਾਨੂੰ, ਉਦੋਂ ਵੱਧ ਸਮਾਂ ਹੋ ਗਿਆ। ਆਪਣੇ ਸ਼ੋਅ ਦੇ ਉੱਪਰ ਮਰਿਆਦਾ ਰੱਖ ਕੇ ਆਪਣੇ ਰਾਜਨੀਤਿਕ ਸਫ਼ਰ ਬਾਰੇ ਮੈਂ ਬਹੁਤ ਰਿਲਕਟੈਂਟ ਰਿਹਾ, ਜ਼ਿਆਦਾ 30 ਜੂਨ ਤੋਂ ਇਹ ਕਰ ਰਿਹਾ ਕਿ 10 ਸਾਲਾਂ ਦੀ ਖੇਤੀ ਕਿਤੇ ਖਰਾਬ ਨਾ ਹੋ ਜਾਵੇ। ਅੱਜ ਮੈਂ ਤੁਹਾਡੇ ਨਾਲ ਪਹਿਲੇ 5-4 ਮਿੰਟ ਆਪਾਂ ਕਲੀਗ ਦੇ ਤੌਰ ਤੇ ਗੱਲਾਂ ਕਰਾਂਗੇ, ਫਿਰ ਮੈਂ ਉਸ ਤਰ੍ਹਾਂ ਹੀ ਤੁਸੀਂ ਮੇਰੇ ਨਾਲ ਗੱਲ ਕਰਨੀ ਹੈ ਜਿਵੇਂ ਬਾਕੀ ਰਾਜਨੀਤਿਕਾਂ ਨਾਲ ਕਰਦੇ। ਅੱਛਾ, ਮੈਨੂੰ ਯਾਦ ਹੈ ਕਿ ਪਹਿਲਾਂ ਪਹਿਲ ਤੁਸੀਂ ਰੇਡੀਓ ਤੇ ਬਤੌਰ ਮਹਿਮਾਨ ਆਇਆ ਕਰਦੇ ਸੀਗੇ, ਤੇ ਫਿਰ ਪਰਮਾਤਮਾ ਦੀ ਕਿਰਪਾ ਹੋਈ, ਤੁਹਾਡੀ ਦਿਲੀ ਇੱਛਾ ਸੀਗੀ ਔਰ ਲੋਕਾਂ ਨੇ ਤੁਹਾਨੂੰ, ਸਾਡੀ ਆਡੀਅੰਸ ਨੇ ਬੇਹੱਦ ਮਾਣ ਸਨਮਾਨ ਦਿੱਤਾ ਔਰ ਸਾਰੇ ਪਾਸੇ ਹਰਜੀਤ ਹਰਜੀਤ ਹੋ ਗਈ, ਲੋਕ ਸੰਤ ਸੱਥ ਦੀ ਬੱਲੇ ਬੱਲੇ ਹੋ ਗਈ। ਸਾਡੀ ਟੀਮ ਦੇ ਮੈਂ ਇਹ ਗੱਲ ਸ਼ਾਇਦ ਜਾਇਜ਼ ਹੋਏਗੀ ਕਿ ਵਨ ਆਫ ਦ ਲੀਡਿੰਗ ਟਾਕ ਸ਼ੋ ਹੋਸਟ ਤੁਸੀਂ ਹੋ। ਸਿਆਸਤ ਦਾ ਮਨ ਕਦੋਂ ਤੁਹਾਡੇ ਖਿਆਲ ਮਨ ਚ ਆਇਆ ਕਿ ਇਹ ਵੀ ਟਰਾਈ ਕਰਨਾ ਹੈ, ਹਾਲਾਂਕਿ ਯੂ ਆਰ ਰੀਲੀ ਡੂਇੰਗ ਗੁੱਡ ਇਨ ਬ੍ਰਾਡਕਾਸਟਿੰਗ ਐਸ ਵੈਲ। ਜਿਸ ਹੱਦ ਤੁਸੀਂ ਤੇ ਸਿੰਘ ਸਾਹਿਬ ਨੇ ਮੁਕਰਰ ਕੀਤੇ, ਤੁਸੀਂ ਤੁਹਾਡੇ ਸ਼ੋਆਂ ਦੇ ਵਿੱਚ, ਸਿੰਘ ਸਾਹਿਬ ਦੇ ਸ਼ੋਆਂ ਦੇ ਵਿੱਚ ਮੈਂ ਅਕਸਰ ਆਉਂਦਾ ਰਿਹਾ, ਤੁਸੀਂ ਰਾਹ ਮੋਕਲਾ ਕਰਕੇ ਦਿੱਤਾ। ਇਸੇ ਤਰ੍ਹਾਂ ਹੀ ਕੁਲਜੀਤ ਕੌਰ ਹੋਣੀ, ਆਸ਼ਿਆਨਾ ਜੀ, ਇਹ ਸਾਰੇ ਤੁਸੀਂ ਸੀਨੀਅਰ ਬ੍ਰੌਡਕਾਸਟਰ ਹੋ ਜਿਨ੍ਹਾਂ ਨੇ ਇਹ ਜਗ੍ਹਾ ਦਿੱਤੀ। ਉਹਦੇ ਤੋਂ ਬਾਅਦ ਫਿਰ ਸਮਾਂ ਮਿਲ ਗਿਆ, ਗੱਲਾਂ ਕੁਦਰਤੀ ਔੜਦੀਆਂ ਬਹੁਤ, ਆਪਾਂ ਟੈਕਸੀ ਵਾਲਿਆਂ ਨੂੰ ਔੜਦੀ ਬਹੁਤ ਨੇ ਗੱਲਾਂ ਦੀ, ਉਹ ਖੱਟੀ ਖਾਂਦੇ ਰਹੇ ਆਪਾਂ, ਤੇ ਫਿਰ ਜਗ੍ਹਾ ਮਿਲ ਗਈ ਇਹਦੇ ਤੇ ਇਹ ਬ੍ਰੇਕ ਮਿਲ ਗਿਆ। ਤੇ ਧੰਨਵਾਦ ਹੈ ਮੈਨੇਜਮੈਂਟ ਦਾ, ਬਾਅਦ ਪਰਿਵਾਰ ਦਾ ਜਿਨ੍ਹਾਂ ਨੇ ਸਮਾਂ ਦੇ ਦਿੱਤਾ, ਤੇ ਫਿਰ ਲੋਕਾਂ ਦੀ ਕਚਹਿਰੀ ਦੇ ਵਿੱਚ ਐਕਸੈਪਟ ਹੋਇਆ। ਕਿਤੇ ਨਾ ਕਿਤੇ ਆਪਾਂ ਆਪਣਾ ਆਪਣਾ ਰੰਗ ਹੈ ਸਾਰੇ ਸ਼ੋਆਂ ਦਾ, ਸਵੇਰ ਤੋਂ ਲੈ ਕੇ ਇੱਕੋ ਇੱਕ ਸਟੇਸ਼ਨ ਜਿਹਦੇ ਦੇ ਉੱਪਰ ਘੱਟੋ ਘੱਟ 12-13 ਘੰਟੇ ਦਾ ਟਾਕ ਸ਼ੋ ਹੈ। ਗੀਤ ਸੰਗੀਤ ਥੋੜਾ ਬਹੁਤਾ ਵਿੱਚ ਸੁਣਾਉਂਦੇ ਹਾਂ ਅਸੀਂ, ਪਰ ਮੈਨੂੰ ਕਿਤੇ ਨਾ ਕਿਤੇ ਇਹ ਗੱਲ ਖੋਲਦੀ ਰਹਿੰਦੀ, ਤੰਗ ਕਰਦੀ ਰਹਿੰਦੀ ਕਿ ਯਾਰ ਮੈਂ, ਆਪਾਂ ਅਵੇਅਰਨੈਸ ਤਾਂ ਕਰ ਲੈਂਦੇ ਹਾਂ, ਬ੍ਰੌਡਕਾਸਟਰ ਦਾ ਕੰਮ ਇਹ ਆ ਇਸ਼ੂਜ਼ ਤੇ ਗੱਲ ਕਰਨੀ, ਲੋਕਾਂ ਦੀ ਰਾਏ ਲੈਣੀ, ਪਰ ਮੈਨੂੰ ਕਿਤੇ ਨਾ ਕਿਤੇ ਇਹ ਲੱਗਦਾ ਸੀ ਯਾਰ ਸੋਲਿਊਸ਼ਨ ਦੇ ਤੌਰ ਤੇ ਕੋਈ ਕੋਲ ਟੂਲ ਨਹੀਂ ਹੈ, ਕੋਈ ਸੰਦ ਨਹੀਂ ਹੈ, ਕੋਈ ਅਜਿਹੀ ਗੱਲ ਹੋਵੇ, ਕੋਈ ਜਗ੍ਹਾ ਹੋਵੇ ਤੇ ਜਿੱਥੇ ਤੁਸੀਂ ਲੋਕਾਂ ਦੇ ਲਈ ਫਿਰ ਹੋਰ ਕੰਮ ਕਰ ਸਕੋ, ਹੋਰ ਮਿਹਨਤ ਕਰ ਸਕੋ। ਇਹ ਕਿਤੇ ਨਾ ਕਿਤੇ ਮੇਰੇ ਕੋਲ ਆਉਂਦੀ ਰਹਿੰਦੀ ਸੀ, ਪਰ ਮੈਂ ਇਹ ਨਹੀਂ ਸੀ ਸੋਚਿਆ, ਕਿਉਂਕਿ ਵਿਸ਼ੇਸ਼ਲੀ ਮੈਂ ਰਾਜਨੀਤਿਕ ਬੰਦਿਆਂ ਦੇ ਕਿਰਦਾਰ ਬਾਰੇ, ਉਹਨਾਂ ਦੇ ਕੰਮ ਬਾਰੇ ਕ੍ਰਿਟਿਕ ਹੈ ਬਹੁਤ, ਮੈਂ ਕੰਮ ਉਹਦੇ ਤੇ ਬੋਲਦਾ ਰਿਹਾ, ਪਰ ਮੈਨੂੰ ਐ ਨਹੀਂ ਸੀ ਪਤਾ ਵੀ ਇਹ ਬ੍ਰੇਕ ਇਸ ਤਰ੍ਹਾਂ ਮਿਲੂ। ਇਸ ਤਰ੍ਹਾਂ ਹੀ ਰੇਡੀਓ 'ਚ ਬ੍ਰੇਕ ਮਿਲੇ ਸੀ, ਮੈਂ ਦੋਸਤ ਨਾਲ ਬੈਠਾ ਚਾਹ ਪੀ ਰਿਹਾ ਸੀ, 5 ਮਿੰਟਾਂ ਦੇ ਵਿੱਚ ਮੈਂ ਰੇਡੀਓ ਸਟੇਸ਼ਨ ਤੇ ਦੱਸਣ ਚਲੇ ਗਿਆ। ਇਸ ਤਰ੍ਹਾਂ ਹੀ ਇਹ ਹੋਇਆ, NDP ਪਾਰਟੀ ਨੇ, ਜਗਮੀਤ ਸਿੰਘ ਹੋਣਾ ਨੇ ਦੀ ਪਾਰਟੀ ਨੇ ਮੈਨੂੰ ਆਫਰ ਦਿੱਤੀ ਤੇ ਮੈਂ ਉਸਨੂੰ ਐਕਸੈਪਟ ਕੀਤਾ। ਹਾਲਾਂਕਿ ਇਹ ਬਹੁਤ ਵੇਗ ਮੇਰਾ ਡਿਸੀਜ਼ਨ ਹੈ ਜਿਹਦੇ ਵਿੱਚ, ਪਰ ਮੈਨੂੰ ਇਹ ਸੀ ਜਿਸ ਦਿਨ ਮੈਂ ਸੋਚਿਆ ਪਰਿਵਾਰ ਨਾਲ ਬਹਿ ਕੇ, ਤੁਹਾਡਾ ਸਾਰੇ ਮਿੱਤਰਾਂ ਪਿਆਰਾਂ ਨਾਲ, ਬਈ ਲੂਜ਼ ਕਰਨ ਨੂੰ ਕੀ ਹੈ, ਰਾਜਨੀਤਿਕ ਸਫ਼ਰ ਇੱਕ ਅਲੱਗ ਸਫ਼ਰ ਹੈ, ਦੁਨੀਆ ਦੇ ਵਿੱਚ ਭਾਈਚਾਰੇ 'ਚ ਰਹਿਣਾ ਇੱਕ ਅਲੱਗ ਸਫ਼ਰ ਆ, ਆਲਰੇਡੀ ਅਸੀਂ ਕਰ ਰਹੇ ਹਾਂ, ਸੋ ਇਸ ਤੇ ਐਕਸ਼ਨ ਕਰਕੇ ਫਿਰ ਮੇਰਾ ਮਨ ਹੋਇਆ ਵੀ ਆਪਾਂ ਇੱਕ ਵਾਰ ਵੇਖੀਏ ਵੀ ਕਿਵੇਂ ਆ ਕਹਾਣੀ, ਕੀ ਅੰਦਰਲਾ ਪਤਾ ਤਾਂ ਲੱਗੇ ਵੀ ਚੀਜ਼ਾਂ ਮੈਕਨਿਜ਼ਮ ਕੀ ਆ, ਕਰਦਾ ਕੰਮ ਕਿਵੇਂ ਚੱਲਦਾ।
ਸੋ ਇਸ ਕਰਕੇ ਇਹ ਮਨ ਦੇ ਵਿੱਚ ਸੀ, ਸੋ ਇਹ ਡਿਸੀਜਨ ਲਿਆ। ਅਕਸਰ ਆਪਾਂ ਕਾਲਰ ਨੂੰ ਵੀ ਕਹਿੰਦੇ ਹਾਂ ਕਿ ਜੇਕਰ ਤੁਸੀਂ ਟਾਕ ਸ਼ੋਅ ਦਾ ਪੱਧਰ ਉਚੇਰਾ ਚੱਕਣਾ ਚਾਹੁੰਦੇ ਹੋ ਤੇ ਜਾਂ ਸਿਆਸਤਾਂ ਦੀ ਗੱਲ ਜੇਕਰ ਬਾਹਰ ਬਹਿ ਕੇ ਨਗੋਚਾਂ ਕੱਢਣੀਆਂ ਤੇ ਗੱਲ ਨਹੀਂ ਬਣਦੀ, ਲਾਈਕ ਯੂ ਜਸਟ ਸੈਡ ਕਿ ਅਸੀਂ ਇਸ਼ੂਜ਼ ਨੂੰ ਉਜਾਗਰ ਤਾਂ ਕਰਦੇ ਹਾਂ ਤੇ ਆਪਣੀ ਕੁਰਸੀ ਤੋਂ ਉੱਠ ਕੇ ਬਾਹਰ ਨਿਕਲ ਕੇ ਲੋਕਾਂ ਚ ਵਿਚਰਨਾ ਤੇ ਉਹਦਾ ਕੋਈ ਸਮੱਸਿਆ ਦਾ ਸਮਾਧਾਨ ਉਹ ਵੀ ਸੋਚਣਾ, ਇਹ ਥੋੜੀ ਜੀ ਖਲਜਗਣ ਵਾਲੀ ਗੱਲ ਹੈ। ਸੋ ਇਹ ਤੁਹਾਡਾ ਜਿਹੜਾ ਜਦੋਂ ਤੁਸੀਂ ਫੈਸਲਾ ਲਿਆ ਪਰਿਵਾਰ ਕੀ ਕਹਿੰਦਾ ਤੇ ਉਸ ਤੋਂ ਬਾਅਦ ਜਿਹੜੀ ਤੁਹਾਡੀ ਟ੍ਰਾਂਸਫਰ ਹੈਗੀ ਹੈ ਉਹਦੇ ਵੱਲੋਂ ਇਮੀਡੀਏਟਲੀ ਕੀ ਹੋ ਰਿਹਾ ਸੀਗਾ? 70% ਪਰਿਵਾਰ ਨਾਲ ਬੈਠ ਕੇ ਜਦ ਗੱਲ ਹੋਈ, ਬਲਰਾਜ ਸਿੰਘ ਨੇ ਡਿਗਰੀ UBC ਤੋਂ ਕਰ ਲਈ ਸੀ, ਬੇਟੀ ਨੇ 12ਵੀਂ ਕਲਾਸ ਚ ਇਸ ਵਾਰ ਜਾਣਾ, ਵੱਡੇ ਹੋ ਗਏ ਆਪਾਂ ਉਸ ਚੀਜ਼ ਤੋਂ ਬਾਅਦ ਆਪਾਂ ਸੇਮ ਜੇ ਜਗ੍ਹਾ ਤੇ ਅੰਦਰ ਨਹੀਂ, ਪਰ ਮੈਨੂੰ ਇਹ ਸੀ ਕਿ ਓਪਰਚੁਨਿਟੀਜ਼ ਜਿਹੜੀਆਂ ਨੇ ਉਹ ਹਰ ਵਕਤ ਨੌਕ ਨਹੀਂ ਹੁੰਦੀਆਂ। ਜੇ ਮੈਂ ਕਹਾਂ ਵੀ ਮੈਂ ਹੁਣ 2023 ਦੇ ਵਿੱਚ ਪਾਰਟੀ ਦੁਆਰਾ ਮੈਨੂੰ ਕਹੂੰ, ਕਿਉਂਕਿ ਇਸ ਜਗ੍ਹਾ ਤੇ ਆਉਣਾ ਆਪਣੇ ਆਪਣਾ ਨਾਂ ਦੇਣਾ ਜਾਂ ਉਸ ਲੈਵਲ ਤੇ ਆਉਣਾ ਕਿ ਤੁਹਾਨੂੰ ਕੰਸਿਡਰ ਕਰੇ ਪਾਰਟੀ, ਮੈਨੂੰ ਲੱਗਦਾ ਖਾਸਾ ਕੰਮ ਹੈ। ਮੈਂ ਨਹੀਂ ਉਹ ਕੀਤਾ, ਬਿਲਕੁਲ ਨਹੀਂ ਕੀਤਾ, ਜੁੱਤੀਆਂ ਤੜਾਉਣੀਆਂ ਨਾ ਆਪਣਾ ਕੰਮ ਸੀ ਨਾ ਆਪਾਂ ਤੋਂ ਹੁਣ ਅਸੀਂ, ਹਾਂ ਗ੍ਰਾਸ ਰੂਟਸ ਤੇ ਆਪਾਂ ਕੰਮ ਕਰ ਰਹੇ ਹਾਂ ਐਜ ਏ ਬ੍ਰੋਡਕਾਸਟਰ, ਭਾਈਚਾਰੇ ਚ ਨਿਕਲ ਕੇ ਸਾਂਝੇ ਕੰਮਾਂ ਚ, ਬ੍ਰੋਡਕਾਸਟਿੰਗ ਤੋਂ ਬਿਨਾਂ ਵੀ ਅਲੱਗ। ਸੋ ਉਹ ਫਿਰ ਡਿਸੀਜਨ ਹੋਇਆ ਬਈ ਇਹ ਕਰੋ। ਜਿਹੜੇ ਫੈਨ ਸੀ ਜੀ ਰਮਣਾ ਸਾਹਿਬ, ਉਹਦੇ ਵਿੱਚ ਉਹਨਾਂ ਨੇ ਮੈਨੂੰ ਇਹ ਤਾਂ ਨਹੀਂ ਕਿਹਾ ਬਈ ਤੁਸੀਂ ਨਾ ਲੜੋ, ਉਹ ਕਹਿੰਦੇ ਯਾਰ ਫਿਰ ਰੇਡੀਓ ਦਾ ਕੀ ਬਣੋ। ਸਵਾਲ 70% ਦਾ ਇਹੀ ਸੀ। ਫਿਰ ਮੈਂ ਕਿਹਾ ਨਹੀਂ ਰੇਡੀਓ ਨਹੀਂ ਛੱਡਦਾ ਮੈਂ, ਜਦ ਵੀ ਮੈਨੂੰ ਸਮਾਂ ਮਿਲਣਾ, ਜਦ ਵੀ ਮੈਂ ਲੋਕਲ ਹੋਣਾ, ਰੇਡੀਓ ਮੈਂ 2 ਘੰਟੇ ਕਿਸੇ ਨਾਲ ਦੇ ਕੁਲੀਗ ਦੀ ਜਾਂ ਸਮਾਂ ਮੰਗ ਕੇ ਤੁਹਾਡੀ ਕਚਹਿਰੀ ਚ ਹਾਜ਼ਰ ਰਹਿਣਾ, ਇਹ ਛੱਡਣਾ ਨਹੀਂ ਮੈਂ। ਰੇਡੀਓ ਸ਼ਹਿਰ ਆ ਗਿਆ, ਇਹਦੇ ਬਿਨਾਂ ਮਰ ਜਾਂਗੇ ਆਪਾਂ। ਮਾਈਕ ਡਿਯੋਂਗ ਸਾਹਿਬ ਬਤੌਰ ਫਾਈਨੈਂਸ ਮਿਨਿਸਟਰ ਬਹੁਤ ਚਿਰਾਂ ਤੱਕ ਰੇਡੀਓ ਤੇ ਆਉਂਦੇ ਰਹੇ, ਔਰ ਇਧਰ ਸੋ ਮੈਨੀ ਪੋਸੀਬਿਲਟੀ। ਪਰ ਮੈਂ ਇੱਕ ਗੱਲ ਤੁਹਾਨੂੰ ਦੱਸ ਦਿਆਂ ਕਿ ਜਦੋਂ ਤੁਸੀਂ ਇਹ ਸਾਡੇ ਕੰਨਾਂ ਤੱਕ ਗੱਲ ਪਈ ਕਿ ਹਰਜੀਤ ਸਿੰਘ ਸੋਚ ਰਹੇ ਨੇ ਸਿਆਸੀ ਰਿਨੇ ਚ ਕਦਮ ਰੱਖਣ ਦੀ, ਤਾਂ ਪਹਿਲਾ ਪਹਿਲ ਸਭ ਤੋਂ ਵੱਡੀ ਜਿਹੜੀ ਨੁਕਤਾ ਚੀਨੀ, ਕਿਉਂਕਿ ਜਦੋਂ ਤੁਸੀਂ ਇਹ ਕੰਮ ਛੇੜਨਾ ਤਾਂ ਇਹ ਹੋਣਾ ਹੀ ਹੋਣਾ ਹੈ, ਖੁਦ ਬਖੁਦ ਸਾਰਾ ਸਿਲਸਿਲਾ ਆਪੇ ਸ਼ੁਰੂ ਹੋ ਜਾਂਦਾ ਹੈਗਾ ਜੀ। ਜੀ, ਪਹਿਲੀ ਗੱਲ ਉੱਠੀ ਕਿ ਬ੍ਰੌਡਕਾਸਟਰ ਨੂੰ ਚੋਣਾਂ ਬਾਰੇ ਨੇ ਸੋਚਣਾ ਚਾਹੀਦਾ, ਤਾਂ ਮੈਨੂੰ ਯਾਦ ਹੈ ਕਿ ਮੈਂ ਉਹ ਰੇਡੀਓ 'ਚ ਵੀ ਗੱਲ ਕੀਤੀ ਸੀ ਕਿ ਮੋਹ ਸੋਤਾ ਸਾਹਿਬ, ਕ੍ਰਿਸਟੀ ਕਲਾਰਕ ਜੀ, ਸੋ ਮੈਨੀ ਅਦਰਸ, ਆਪਣੇ ਭਾਈਚਾਰੇ 'ਚ ਵੀ ਬਹੁਤ ਸਾਰੇ ਜਾਣੇ ਮਾਣੇ, ਜਿਵੇਂ ਕੁਲਜੀਤ ਕੌਰ ਜੀ ਦਾ ਜ਼ਿਕਰ ਕੀਤਾ ਤੁਸੀਂ, ਤੁਹਾਡੇ ਜਿਹੜੇ ਨਾਲ ਲੜ ਰਹੇ ਇਸ ਵੇਲੇ ਹਰਪ੍ਰੀਤ ਸਿੰਘ ਹੋਣੀ ਬ੍ਰੌਡਕਾਸਟਰ ਨੇ, ਤਾਂ ਬ੍ਰੌਡਕਾਸਟਰ ਨੂੰ ਵੀ ਮੈਨੂੰ ਲੱਗਦਾ ਕਿ ਛਪਾਕੀ ਨਿਕਲਦੀ ਹੈ ਜੇ ਲੋਕ ਖੜੇ ਹੋ ਸਕਦੇ ਤਾਂ ਆਪਾਂ ਕਿਉਂ ਨਹੀਂ। ਗ੍ਰਾਸ ਰੂਟਸ ਤੇ ਜਦ ਤੁਸੀਂ ਕੰਮ ਕਰਦੇ ਹੋ ਨਾ ਰਵਾਣਾ ਸਾਹਿਬ, ਕੀ ਕਹਿੰਦੇ ਆ ਬਈ ਕ੍ਰੈਡੈਂਸ਼ੀਅਲ ਕੀ ਚਾਹੀਦੇ ਨੇ, ਤੁਹਾਡੀ ਪੜ੍ਹਾਈ ਚਾਹੀਦੀ ਆ, ਅੰਗਰੇਜ਼ੀ ਜਿੰਨੀ ਕੁ ਬੋਲ ਸਕਦੇ ਆ, ਪੰਜਾਬੀ ਬੋਲਦੇ ਹੀ ਆ, ਵਧੀਆ ਤੁਸੀਂ ਸਮਝ ਸਕਦੇ, ਵਧੀਆ ਬੋਲ ਸਕਦੇ, ਇਹ ਬੇਸਿਕ ਆਪਾਂ ਮੰਨਦੇ ਹਾਂ ਵੀ ਤੁਹਾਡੀ ਪਕੜ ਚਾਹੀਦੀ ਆ। ਨੰਬਰ 3 ਕਿ ਆਪਾਂ ਕਹਿੰਦੇ ਯਾਰ ਗ੍ਰਾਸ ਰੂਟਸ ਤੇ ਕੰਮ ਕਰਨਾ ਚਾਹੀਦਾ, ਪਰ ਜੇ ਹੁਣ ਤੁਸੀਂ ਰੈਜ਼ਮੇ ਫਿੱਟ ਕਰੋ ਜਿੰਨੇ ਲੜ ਰਹੇ ਨੇ 10 ਸਾਲਾਂ ਚ, ਮੈਂ ਜਿਹੜਾ ਕੰਮ ਕੀਤਾ ਲੋਕਾਂ ਦੇ ਵਿੱਚ ਵਿਚਰ ਕੇ, ਚਾਹੇ ਉਹ ਅਲੱਗ ਅਲੱਗ ਗਰੁੱਪ ਸੀ, ਸਾਊਥ ਏਸ਼ੀਅਨ ਲਾਈਨ ਸੀ, ਕਿਉਂਕਿ ਮੈਂ ਹੁਣ ਇਹ ਨਹੀਂ ਕਹਿ ਰਿਹਾ ਮੈਂ ਉਹ ਕੀਤਾ, ਮੈਨੂੰ ਉਹਦਾ ਦੇ ਦਿਓ, ਮੈਂ ਉਹਨੂੰ ਵੱਢਣਾ ਚਾਹੁੰਦਾ, ਮੈਂ ਉਹਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੁੰਦਾ, ਪਰ ਕੰਮ ਬਹੁਤ ਕੀਤਾ। ਗੱਲ ਇਸ਼ੂ ਨੇ ਕਮਿਊਨਿਟੀ ਦੇ ਮੁੱਦਿਆਂ ਤੇ ਫਿਰ ਆਪਾਂ ਪਿੱਠ ਨਹੀਂ ਮੋੜੀ, ਜਦ ਪਤਾ ਲੱਗ ਗਿਆ ਤਾਂ ਫਿਰ ਉੱਥੇ ਪੈਰ ਗੱਡ ਲਿਆ, ਪਿੱਛ ਨਹੀਂ ਕੀਤੀ। ਗੱਲਬਾਤ ਚੱਲਦੀ ਰਹਿਣੀ ਹੈ ਜੀ। ਸਰਦਾਰ ਹਰਜੀਤ ਸਿੰਘ ਗਿੱਲ ਹੋਣੀ ਮੇਰੇ ਮਹਿਮਾਨ ਨੇ ਤੇ ਮਸ਼ਹੂਰੀਆਂ ਤੋਂ ਬਾਅਦ ਅਸੀਂ ਲਾਈਨਾਂ ਖੋਲ ਦੇਣੀਆਂ ਨੇ, ਤੁਸੀਂ ਸਵਾਲ ਕਰ ਸਕੋਗੇ। ਅਸੀਂ ਹੁਣ ਆ ਕੇ ਜਿਹੜੀ ਗੱਲ ਹੈ ਉਹ ਵੱਖ ਵੱਖਰੇ ਮੁੱਦਿਆਂ ਦੀ ਔਰ ਆਉਂਦੀਆਂ ਚੋਣਾਂ ਦੀ ਗੱਲਬਾਤ ਕਰਾਂਗੇ। ਇਸ ਤੋਂ ਪਹਿਲਾਂ ਮਸ਼ਹੂਰੀਆਂ ਤੇ ਜਾਵਾਂ ਤੇ ਕੁਇਕਲੀ ਆਂਸਰ ਕਰ ਦਿਓ ਕਿ ਤੁਹਾਡੇ ਕੋਲ ਚੋਇਸ ਸੀਗੀ, ਇਨ ਅ ਵੇ ਤੁਸੀਂ ਨਹੀਂ ਆਖਿਆ ਲੇਕਿਨ ਮੈਂ ਕਹਿੰਦਾ ਕਿ ਤੁਸੀਂ ਸਟਾਰ ਕੈਂਡੀਡੇਟ ਵਜੋਂ ਉਤਾਰੇ ਗਏ ਮਾਜੀ, ਪਰ ਅਸੀਂ ਤੁਹਾਡੀ ਪਾਰਟੀ ਕੋਲ ਅਜੇ ਕੈਂਡੀਡੇਟਸ ਦੀ ਸੂਚੀ ਅਜੇ ਕਾਫੀ ਖਾਲੀ ਪਈਆਂ ਥਾਵਾਂ, ਬਲਕਿ ਦੂਜੀਆਂ ਪਾਰਟੀਆਂ ਕਾਫੀ ਥਾਵਾਂ ਪੁਰ ਕਰ ਚੁੱਕੀਆਂ ਨੇ ਜੀ।
ਲੇਕਿਨ ਤੁਸੀਂ ਇੱਕ ਸਟਾਰ ਕੈਂਡੀਡੇਟ ਵਜੋਂ ਉਤਾਰੇ ਗਏ ਹੋ, ਮੈਂ ਤੁਸੀਂ ਨੇ ਕਿਹਾ ਮੈਂ ਕਹਿੰਦਾ, ਤੁਹਾਡੇ ਕੋਲ ਚੋਇਸ ਸੀਗੀ ਕਿ ਤੁਸੀਂ ਹਲਕਾ ਹੋਰ ਵੀ ਚੁਣ ਸਕਦੇ ਸੀਗੇ। ਇਸ ਹਲਕੇ ਦੇ ਵਿੱਚ ਸੁਖ ਧਾਲੀਵਾਲ ਸਾਹਿਬ ਜਿਹੜੇ ਇੱਕ ਮੌਜੂਦਾ MP ਨੇ, ਉਹਨਾਂ ਨੇ ਉਦੋਂ ਵੀ ਇਹ ਹਲਕਾ ਜਿੱਤਿਆ ਜਦੋਂ ਕਿ ਸਾਰੇ ਪਾਸੇ ਲਿਬਰਲ ਪਾਰਟੀ ਦੀ ਤੀਜੇ ਨੰਬਰ ਤੇ ਆ ਗਈ ਸੀ। ਵਾਈ ਦੀ ਜ਼ਰੂਰਤ ਹੈ ਸਥਾਪਤੀ ਨੂੰ ਚੈਲੰਜ ਕਰਨਾ, ਜਿਹੜਾ ਗਰੰਟਡ ਕੋਈ ਕਰੀ ਬੈਠਾ ਹੈ, ਸਵਾਲ ਉੱਥੇ ਹੀ ਆਉਂਦਾ। ਮੈਂ ਕਹਿ ਸਕਦਾ ਸੀ ਬਈ ਮੈਨੂੰ ਉਹ ਦੇ ਦਿਓ ਉਹ ਦੇ ਦਿਓ, ਬਹੁਤ ਸ਼ੋਰ ਸ਼ਾਰਟ ਰਾਈਡਿੰਗਸ ਨੇ ਸਰੀ ਚ ਜਿੱਥੋਂ ਤੁਸੀਂ ਜਿੱਤ ਸਕਦੇ, ਪਰ ਨਹੀਂ, ਕਿਉਂਕਿ ਜ਼ਿੰਦਗੀ ਦੀ ਸ਼ੁਰੂ ਨਿਊਟਨ ਚ ਹੋਈ। ਬੇਸਮੈਂਟ ਤੋਂ ਲੈ ਕੇ ਪਹਿਲਾ ਘਰ ਬਣਾਉਣ ਤੱਕ 2010 ਤੱਕ ਮੈਂ ਨਿਊਟਨ ਚ ਰਿਹਾ, ਫਿਰ ਹੁਣ ਵੀ ਨਾਲ ਹੀ ਹੈ, ਇੱਕ ਸੜਕ ਦਾ ਹੀ ਫਰਕ ਹੈ। ਪਰ ਮੈਨੂੰ ਇਹ ਸੀ ਬਈ ਜਿੱਥੇ 15-18 ਵਰੇ ਹੋ ਗਏ, ਕੁਛ ਬਦਲ ਨਹੀਂ ਆਇਆ, ਪਾਣੀ ਖੜ ਗਿਆ, ਪਾਣੀ ਦਾ ਵਹਾਅ ਜਿਹੜਾ ਹੋਣਾ ਚਾਹੀਦਾ, ਤੇ ਨਾਲੇ ਜਦੋਂ ਤੁਹਾਨੂੰ ਚੁਣਦੇ ਆ ਨਾ ਜੀ, ਤੁਹਾਡੇ ਪੱਟਾਂ ਦੇ ਜ਼ੋਰ ਨੂੰ ਜਿਉਂਦੇ ਆ, ਤੁਹਾਨੂੰ ਖੜਾਉਂਦੇ ਉੱਥੇ ਹੀ ਆ ਜਿੱਥੇ ਉਹਨਾਂ ਨੂੰ ਲੱਗੇ ਵੀ ਇੱਥੋਂ ਗੱਡਾ ਨਿਕਲਣਾ। ਤੇ ਨਾਲੇ ਲੋਕਤੰਤਰੀ ਤਰੀਕੇ ਦੇ ਨਾਲ ਮੈਂ ਵਾਪਸ ਆ ਕੇ ਲੱਗਣ ਦੀ ਗੱਲ। ਹਰਜੀਤ ਸਿੰਘ ਗਿਓ, ਲੋਕ ਸੱਥ ਵਾਲੇ, ਮਸ਼ਹੂਰ ਮਾਰੂਫ ਹੋਸਟ, ਤੇ ਹੁਣ ਜਿਹੜੇ ਕਿ ਕੈਂਡੀਡੇਟ ਨੇ ਫੈਡਰਲ NDP ਦੀ ਚੋਣ ਦੇ ਵਿੱਚ, ਸਭ ਤੋਂ ਮਹੱਤਵਪੂਰਨ, ਸਭ ਤੋਂ ਜ਼ਿਆਦਾ ਚਰਚਿਤ ਇਲਾਕਾ ਹੋਏਗਾ, ਰਾਈਡਿੰਗ ਹੋਏਗੀ, ਉਹਨਾਂ ਨਾਲ ਗੱਲਬਾਤ ਚੱਲ ਰਹੀ ਹੈ ਔਰ ਅਸੀਂ ਲਾਈਨਾਂ ਖੋਲਾਂਗੇ ਵਿਦ ਇਨ ਫਿਊ ਮਿੰਟਸ। ਗਿੱਲ ਸਾਹਿਬ, ਕਿਹੜੇ ਕਿਹੜੇ ਮੁੱਦੇ ਨੇ, ਹੁਣ ਤੁਸੀਂ ਡੋਰ ਨਾ ਕੇ ਵੀ ਖਾਸੀ ਕਰ ਲਈ, ਮੇਲ ਮਿਲਾਪ ਵੀ ਕਰ ਲਿਆ ਤੁਸੀਂ ਲੋਕਾਂ ਨਾਲ, ਜੀ ਜੀ, ਕਿਹੜੇ ਕਿਹੜੇ ਮੁੱਦੇ ਨੇ ਜਿਹੜੇ ਜਿਨ੍ਹਾਂ ਬਾਰੇ ਤੁਸੀਂ ਇਸ ਰਾਈਡਿੰਗ ਦੇ ਮੱਦੇ ਨਜ਼ਰ ਦੋ ਪੈਸ਼ਨੇਟ ਹੋ? ਸਭ ਤੋਂ ਵੱਡਾ ਮੁੱਦਾ ਜੀ, ਪਿਛਲੇ ਮੈਂ 10 ਜੁਲਾਈ ਤੋਂ ਡੋਰ ਨੌਕਰੀ ਸ਼ੁਰੂ ਕੀਤੀ ਹੈ ਜੀ, ਤੇ ਆਲਮੋਸਟ ਅੱਜ ਮਤਲਬ 50 ਦਿਨ ਹੋ ਗਏ। ਸਭ ਤੋਂ ਵੱਡਾ ਮੁੱਦਾ ਜਦ ਮਾਂ ਤੇ ਪਿਓ ਅੰਦਰੋਂ ਨਿਕਲਦੇ ਨੇ ਨਾ ਬਾਈ ਜੀ, ਇੱਕੋ ਹੀ ਗੱਲ ਕਹਿੰਦੇ ਨੇ ਵੀ ਸਾਡੇ ਜਵਾਕਾਂ ਦੀ ਸੁਰੱਖਿਆ ਤਾਂ ਕਿੱਥੇ ਆ, ਭੰਗ ਵਿਕਣ ਲੱਗ ਗਈ, ਭੰਗ ਦੇ ਵਿੱਚੋਂ ਕੀ ਨਿਕਲੂਗਾ, ਜਿਹੋ ਜਿਹਾ ਕੁਛ ਬੀਜੋਗੇ ਉਹੀ ਨਿਕਲੂ, ਨਸ਼ੇ ਦੇ ਵਿੱਚੋਂ ਕੀ ਨਿਕਲੂ, ਨਸ਼ੇ ਦੇ ਵਿੱਚੋਂ ਕ੍ਰਿਮੀਨੈਲਿਟੀ ਨਿਕਲੂ, ਕੱਲ ਨੂੰ ਜਦ ਖਰਚੇ ਨਾ ਜਵਾਕਾਂ ਦੇ ਪੂਰੇ ਹੋਏ, ਉਹ ਕਿੱਥੇ ਨੂੰ ਜਾਣਗੇ। 15 ਕਿਲੋਮੀਟਰ ਦੂਰ 70 ਡਿਸਪੈਂਸਰੀਆਂ ਖੁੱਲੀਆਂ ਹੋਈਆਂ ਨੇ, ਲੀਗਲ ਐਡੇਬਲ, 1 ਅਕਤੂਬਰ ਨੂੰ ਜਿਹੜਾ ਲੀਗਲ ਹੋ ਰਿਹਾ। 14 ਸਾਲ ਦਾ ਜਵਾਕ ਲੈਂਗਲੀ ਚ ਮਰ ਗਿਆ, ਕੋਈ ਉਹਨੂੰ ਸਕੇਟ ਕਰਦੇ ਨੂੰ ਨਾਲ ਦਾ ਕੁਛ ਖੜਾ ਗਿਆ, ਓਵਰਡੋਜ ਹੋ ਕੇ 14 ਸਾਲ ਦਾ ਮਰ ਗਿਆ। ਐਂਟੀ ਗੈਂਗ ਟਾਸਕ ਫੋਰਸ ਦੇ ਪ੍ਰੋਫੈਸਰ ਐਲੀਮੈਂਟਰੀ ਦੇ 6ਵੀਂ ਤੇ 7ਵੀਂ ਦੇ ਜਵਾਕਾਂ ਨੂੰ ਸੰਬੋਧਨ ਕਰ ਰਹੇ ਨੇ, ਤੁਸੀਂ ਇੱਥੇ 30 ਸਾਲਾਂ ਦੇ ਰਹਿੰਦੇ ਹੋ, ਰਮਾਣਾ ਸਾਹਿਬ ਕਦੇ ਸੁਣਿਆ ਐਲੀਮੈਂਟਰੀ ਚ ਤੁਹਾਡੇ ਜਵਾਕ ਮੇਰੇ ਜਵਾਕ ਪੜ੍ਹੇ ਆ? ਇਹ ਸਭ ਤੋਂ ਵੱਡਾ ਇਸ਼ੂ। ਦੂਸਰਾ, ਲੱਕ ਤੌਰ ਤਾਂ ਸਟ੍ਰੈਸ ਟੈਸਟ ਨੇ, ਲਿਵਰ ਦੇ ਲਾਏ ਸਟ੍ਰੈਸ ਟੈਸਟ ਨੇ ਲੋਕਾਂ ਦੀ ਜਖਣਾ ਰੋੜਤੀ। ਅਫੋਰਡੇਬਿਲਟੀ, ਲੋਕਾਂ ਦੇ ਸਿਰ ਤੇ ਛੱਤ, ਜਦ ਆਪਾਂ ਟੈਕਸੀ ਚਲਾਉਣ ਲੱਗੇ ਆ 72 ਤੇ 132 ਤੇ, ਆਪਣਾ ਭਾਈ ਬੰਦੇ ਘਰ ਰਹਿੰਦਾ ਸੀ, ਉਹਦੇ ਕੋਲ ਸੋਸ਼ਲ ਹਾਊਸਿੰਗ ਦਾ $400 ਦੇ ਵਿੱਚ 3 ਬੈਡਰੂਮ ਦਾ ਘਰ ਸੀ, ਹਲੇ ਵੀ ਹੋ। ਨੰਬਰ 4 ਸਟ੍ਰੈਸ ਹੈ। ਉਹਦੇ ਬਾਅਦ ਬਿਗ ਪੋਲਿਊਟਰ ਨੇ ਜਿਹੜੇ, ਕਲਾਈਮੇਟ ਚੇਂਜ ਦਾ ਬਹੁਤ ਵੱਡਾ ਇਸ਼ੂ ਹੈ। ਖੈਰ, ਕਲਾਈਮੇਟ ਵਾਲੇ ਪਾਸੇ ਨੂੰ ਅਸੀਂ ਤਾਂ ਜਾਂਦੇ ਨਹੀਂ, ਪਰ ਪਿਛਲੇ ਦਿਨ ਸਾਰੀ ਬੋਰਡ ਆਫ ਟ੍ਰੇਡ ਚ ਜਦ ਸਵਰਾਜ ਜਗਮੀਤ ਸਿੰਘ ਆਏ, ਉੱਥੇ ਜਵਾਕਾਂ ਨੇ ਪੁੱਛਿਆ, ਬਿਗ ਪੋਲਿਊਟਰ ਨੇ ਜਿਹੜੇ, ਉਹਨਾਂ ਤੋਂ ਟੈਕਸ, ਉਹਨਾਂ ਤੋਂ ਜਿਹੜੇ ਪੋਲਿਊਸ਼ਨ ਕਰਦੇ ਨੇ ਉਹਨਾਂ ਨੂੰ ਟੈਕਸ ਉਹਨਾਂ ਤੋਂ ਲੈ ਕੇ ਛੋਟਿਆਂ ਨੂੰ ਵੰਡਣਾ। $20 billion ਦੇ ਕਰੀਬ ਹਰ ਸਾਲ ਟੈਕਸ ਦੀ ਚੋਰੀ ਹੁੰਦੀ ਹੈ। ਸਭ ਤੋਂ ਜਿਹੜਾ ਨੇੜੇ ਦਾ ਸਾਡੇ ਨਾਲ ਆ ਉਹ ਇਹ ਹੈ, ਕ੍ਰੈਡਿਟ ਕਾਰਡ ਦੇ ਇੰਟਰਸਟ ਤੇ ਕੈਪ, ਫੋਨ ਬਿੱਲ ਦੇ ਉੱਪਰ ਕੈਪ, ਉਹਦੇ ਬਾਅਦ ਫਾਰਮਾ ਕੇਅਰ, ਉਹ ਕਹਿੰਦਾ ਕ੍ਰੈਡਿਟ ਕਾਰਡ ਨਹੀਂ ਜੇਬ ਚ ਚਾਹੀਦਾ, ਫਾਰਮਾ ਕੇਅਰ। ਬਹੁਤ ਬਜ਼ੁਰਗ ਪਿਛਲੇ ਦਿਨ ਮੈਨੂੰ ਮਿਲੇ, ਉਹ ਕਹਿੰਦੇ ਪੁੱਤਰ ਬਈ ਇੰਨੀ ਮਹਿੰਗੀ ਆ ਸਾਡੀ ਜਿਹੜੀਆਂ ਕੁਛ ਦਵਾਈਆਂ ਜਿਹੜੀਆਂ ਕਵਰ ਨਹੀਂ ਹੁੰਦੀ। ਯੂਨੀਵਰਸਲ ਫਾਰਮਾ ਕੇਅਰ ਦੇ ਵਿੱਚ ਟੋਟਲੀ ਕੰਟਰੋਲ ਕਰਕੇ
ਨਾਰਾ ਪਾਰਟੀ ਦਾ ਇਹ ਹੈ ਅਸੀਂ ਤੁਹਾਡੇ ਵਾਲੇ ਪਾਸੇ ਫਾਰਮਾ ਕੇਅਰ ਦੇ ਵਿੱਚ ਬੰਦੇ ਦੀ ਜੇਬ 'ਚ ਹੈਲਥ ਕਾਰਡ ਚਾਹੀਦਾ, ਕ੍ਰੈਡਿਟ ਕਾਰਡ ਨਹੀਂ ਚਾਹੀਦਾ। ਪਰ ਭਾਈਚਾਰੇ ਦੇ ਮੁੱਦੇ, ਸਟ੍ਰੈਸ ਟੈਸਟ, ਅਫੋਰਡੇਬਿਲਟੀ ਤੇ ਸਭ ਤੋਂ ਵੱਧ ਸੇਫਟੀ ਦਾ ਕੰਸਰਨ। ਸੋ ਇਹਨਾਂ ਮੁੱਦਿਆਂ ਬਾਰੇ ਅਸੀਂ ਗੱਲਬਾਤ ਹੌਲੀ ਹੌਲੀ ਕਰਕੇ ਰਹਿੰਦੇ ਸਮੇਂ 'ਚ ਕਰਦੇ ਹਾਂ, ਲੇਕਿਨ ਤੁਹਾਡੀਆਂ ਕਾਲਸ ਵੀ ਬਰਾਬਰ ਲਵਾਂਗੇ। ਸੈਮ, ਸੈਮ ਜੀ ਕੀ ਕਹਿਣਾ ਚਾਹੁੰਦੇ ਹੋ? ਗਿੱਲ ਸਾਹਿਬ, ਮੈਂ ਖੁੱਲੀਆਂ ਜਿਹੀਆਂ ਗੱਲਾਂ ਕਰੂੰਗਾ। ਪਹਿਲਾਂ ਤੁਹਾਨੂੰ ਜੀ ਬਿਲਕੁਲ ਕਰਨੀ ਹੈ ਸੈਮ ਜੀ, ਸਾਰੇ ਸੁਣਨ ਵਾਲਿਆਂ ਨੂੰ ਵੀ ਮੈਂ ਬੇਨਤੀ ਹੈ ਸ਼ੋਅ ਨੂੰ ਕੰਸਿਡਰ ਕਰਕੇ ਵੀ ਮੈਂ 11 ਵਜੇ ਸ਼ੋਅ ਕਰਨਾ, ਉਹ ਮੈਂ ਤੁਹਾਡਾ ਹੋਸਟ ਹਾਂ, ਤੁਹਾਡਾ ਸਾਰਿਆਂ ਦਾ ਸਤਿਕਾਰ ਕਰਨਾ। ਅੱਜ ਤੁਸੀਂ ਮੈਨੂੰ ਰਾਜਨੀਤਿਕ ਦੇ ਤੌਰ ਤੇ ਖੁੱਲੀ ਗੱਲ ਕਰਕੇ ਖੁੱਲੇ ਸਵਾਲ ਕਰਨੇ ਨੇ, ਸਾਰਿਆਂ ਨੂੰ ਬੇਨਤੀ। ਬਿਲਕੁਲ, ਹੁਣ ਮੈਂ ਤੁਹਾਨੂੰ ਸੁਣਦਾ ਆ, ਮੈਨੂੰ ਫਰਕ ਲੱਗਿਆ। ਮੈਨੂੰ ਨੀ ਪਤਾ ਤੁਸੀਂ ਖੁੱਲੀਆਂ ਹਵਾਵਾਂ ਚ ਉੱਡਣ ਵਾਲੇ ਨੇ, ਪਰ ਕਿਉਂ ਕਟਵਾਈ ਟਿੱਪਣੀ ਆ ਜਿਹੜੀ ਮੈਂ ਕਰਨ ਲੱਗਿਆ। ਜਿਹੜਾ ਕੁਐਸਚਨ ਮੇਰਾ ਹੈਗਾ ਆ ਉਹ ਕਿ ਜਿਹੜਾ ਡਰੱਗ ਵਾਲਾ ਆ ਜਾਂ ਇਹ ਹੈ ਏਜੰਡੇ ਤੇ, ਜਗਮੀਤ ਸਿੰਘ ਦੇ ਏਜੰਡੇ ਤੇ ਹੈਗਾ, ਨਾਲੇ ਇਹ ਸੋਸ਼ਲਿਸਟ ਪਾਰਟੀ ਹੈ, ਸੋਸ਼ਲਿਜ਼ਮ ਦੁਨੀਆਂ ਚ ਫੇਲ ਹੋ ਗਿਆ। ਵਰਕਰਾਂ ਦੀ, ਵਰਕਰਾਂ ਦਾ ਇਹ ਦੇਸ਼ ਆ, ਵਰਕਰਾਂ ਲਈ ਤਾਂ ਇਹ ਸੋਸ਼ਲਿਜ਼ਮ ਵੈਸੇ ਗਲਤ ਹੈ, ਕਿਉਂਕਿ ਵਰਕਰਾਂ ਦੇ ਜੇਬਾਂ ਚ ਪੈਸੇ ਜਾਂਦੇ ਟੈਕਸ ਦੇ, ਤੇ ਜਾਂਦੇ ਉਹ ਵਿਹਲੜਾਂ ਦੇ ਹੱਥ ਚ ਆ। ਸੋ ਇਹ ਪਾਰਟੀ ਦਾ ਖਿਆਲ ਕਿਵੇਂ ਆਇਆ ਤੁਹਾਨੂੰ ਵੀ ਇਹ ਪਾਰਟੀ ਸੋਸ਼ਲਿਸਟ ਪਾਰਟੀ ਜਿਹੜੀ ਐਨਡੀਪੀ ਆ ਇਹ ਬੈਨੀਫਿਟ ਦਊਗੀ ਆਮ ਲੋਕਾਂ ਨੂੰ? ਜਵਾਬ ਦਵਾਂ ਜੀ? ਜੀ ਬਿਲਕੁਲ। ਸਭ ਤੋਂ ਪਹਿਲੀ ਗੱਲ, ਜਿੱਥੇ ਅਫੋਰਡੇਬਿਲਟੀ ਹੈ ਉਹਦੇ ਨਾਲ ਹੀ ਕ੍ਰਿਮੀਨੈਲਿਟੀ ਨੂੰ ਕੰਟਰੋਲ ਕਰਨ ਦੀ ਗੱਲ ਹੈ। ਆਮ ਲੋਕਾਂ ਦੀ ਇਹ ਪਾਰਟੀ ਹੈ ਸੈਮ ਜੀ, ਮੈਂ ਇਹਨੂੰ ਤਾਂ ਚੂਜ਼ ਕੀਤਾ, ਕਿਰਤੀ ਲੋਕਾਂ ਦੀ ਪਾਰਟੀ ਹੈ, ਇਹਨੂੰ ਤੁਸੀਂ ਲੈਫਟਿਸਟ ਵੀ ਨਹੀਂ ਕਹਿ ਸਕਦੇ, ਖੱਬੇ ਧਾਰੀ ਵੀ ਨਹੀਂ ਹੈ। ਜੇ ਤੁਸੀਂ ਪਾਰਟੀ ਦਾ ਲੀਡਰ ਦੇਖੋ, ਉਹ ਧਾਰਮਿਕ ਆਸਥਾ ਰੱਖਣ ਵਾਲਾ ਗੁਰਸਿੱਖ ਹੈ, ਉਹ ਲੀਡਰ ਬਣਿਆ, ਉਸਨੇ ਪਹਿਲੇ ਦਿਨ ਇਸ ਪਾਰਟੀ ਨੂੰ ਚੁਣਿਆ। ਸੋਸ਼ਲਿਜ਼ਮ ਕੋਈ ਮਾੜਾ ਨਹੀਂ, ਬਰਾਬਰਤਾ ਦੀ ਗੱਲ ਕੋਈ ਮਾੜਾ ਨਹੀਂ, ਬਿਲਕੁਲ ਲੈਫਟ ਦੀ ਜਿਹੜੀ ਧਾਰਾ ਹੈ ਉਹ ਫੇਲ ਹੋ ਚੁੱਕੀ ਹੈ ਦੁਨੀਆਂ 'ਚ ਬਰਾਬਰਤਾ ਦੀ, ਪਰ ਬੀਨਾਸ਼ ਨਹੀਂ ਹੋਇਆ। ਕੈਨੇਡਾ ਦੀ ਜਿਹੜੀ ਰਾਜਨੀਤਿਕ ਆਧਾਰ ਹੈ ਉਹ ਬਹੁਤ ਅਲੱਗ ਹੈ। ਖੱਬੇ ਪੱਖੀ ਵਿਚਾਰਧਾਰਾ ਨੂੰ ਜਾਂ ਸੋਸ਼ਲਿਜ਼ਮ ਨੂੰ ਤੁਸੀਂ ਇਹਨੂੰ ਇਨ ਬਿਟਵੀਨ ਕਰਕੇ ਜੇ ਪਰਾਂ ਕਰਕੇ ਕਹੋ, ਆਮ ਲੋਕਾਂ ਦੀ ਪਾਰਟੀ, ਕਿਹਨੇ ਕਿਹਾ ਅੱਜ ਤੱਕ ਕਿ ਫੋਨ ਬਲ ਤੇ ਕੈਪ ਲਾਉ, ਕਿਹਨੇ ਕਿਹਾ ਕ੍ਰੈਡਿਟ ਕਾਰਡ ਦੇ ਇੰਟਰਸਟ ਤੇ ਰੇਟ ਕਰੂੰ, ਕਿਹਨੇ ਕਿਹਾ ਵੀ ਮੈਂ ਪੋਸਟ ਸੈਕੰਡਰੀ ਐਜੂਕੇਸ਼ਨ ਫ੍ਰੀ ਕਰ ਦੂੰ? 5 ਲੱਖ 'ਚ ਡਿਗਰੀ ਹੁੰਦੀ ਹੈ ਆਸਟ੍ਰੇਲੀਆ ਦੇ ਵਿੱਚ ਜਵਾਕ ਦੀ, ਤੇ ਤੁਹਾਡੇ ਜਵਾਕਾਂ ਨੂੰ ਇੱਥੇ ਐਡਮਿਸ਼ਨ ਹੋਵੇ, ਉਹ ਐਡਮਿਸ਼ਨ ਪੋਸਟ ਸੈਕੰਡਰੀ ਜਿਹੜੀ ਫ੍ਰੀ ਹੋਵੇ, ਇਦੋਂ ਵਧੀਆ ਕੀ ਹੋ ਸਕਦਾ? ਸ਼ਿਵਦੇਵ ਸਿੰਘ, ਸ਼ਿਵਦੇਵ ਡਿਸੀਜਨ ਲਿਆ ਬਹੁਤ ਵਧੀਆ ਲਿਆ ਵਾ। ਮੈਂ ਇਹ ਕਹਿੰਦਾ ਤੁਸੀਂ ਮਾਈਕ ਤੇ ਤਾਂ ਸਾਡੀ ਐਨ ਪੂਰੀ ਠੋਕ ਕੇ ਮਦਦ ਕੀਤੀ, ਹਰ ਮੁੱਦੇ ਤੇ ਬੋਲਿਓ, ਬੇਝਿਜਕ ਹੋ ਕੇ ਬੋਲਿਓ, ਕਿਸੇ ਤੋਂ ਮਤਲਬ ਛੁਪਾ ਕੇ ਨੀ ਕੋਈ ਗੱਲ ਰੱਖੀ। ਪਰ ਇਹ ਡਿਸੀਜਨ ਮੈਂ ਇਸ ਕਰਕੇ ਕਹਿੰਦਾ ਵਾ ਬਹੁਤ ਵਧੀਆ ਲਿਆ, ਕਿਉਂਕਿ ਤੁਸੀਂ ਹੁਣ ਅੱਗੇ ਤਾਂ ਮਾਈਕ ਤੇ ਸੀ, ਉਹ ਦੱਸ ਸਕਦੇ ਸਾਨੂੰ ਪ੍ਰੋਬਲਮ ਕੀ ਆ, ਸਾਡੇ ਮੁੱਦੇ ਕੀ ਆ। ਅੱਜ ਅਸੀਂ ਜੇ ਤੁਹਾਡੀ ਹੈਲਪ ਕਰਕੇ ਤੁਹਾਡੇ ਹੱਥ ਦੇ ਵਿੱਚ ਉਹ ਕਲਮ ਦੇ ਦਾਂਗੇ, ਤਾਂ ਮੇਰਾ ਖਿਆਲ ਆ ਇਦੋਂ ਵੱਧ ਸਾਡੇ ਲਈ, ਸਾਡੇ ਭਾਈਚਾਰੇ ਲਈ ਕੋਈ ਹੋਰ ਚੰਗੀ ਗੱਲ ਇਦੋਂ ਵੱਧ ਨਹੀਂ ਹੋ ਸਕਦੀ। ਰਮਾਣਾ ਸਾਹਿਬ ਹੁਣ ਗੱਲ ਕਰਦਾ, ਰਮਾਣਾ ਸਾਹਿਬ ਇੱਕ ਮਿੰਟ ਸੁਣਦੇ, ਗਿੱਲ ਸਾਹਿਬ ਨੇ ਇਹ ਡਿਸੀਜਨ ਅਜੇ ਫਾਈਨਲ ਨੀ ਸੀ ਹੋਇਆ, ਗਿੱਲ ਸਾਹਿਬ ਦਾ ਮੈਨੂੰ ਫੋਨ ਆਇਆ ਕਹਿੰਦੇ ਵੀ ਆਪਾਂ ਆਹ ਕੰਮ ਮਤਲਬ ਸਲਾਹ ਚੱਲ ਰਹੀ ਆ, ਜਿਵੇਂ ਰੇਡੀਓ ਦੀ ਗੱਲ ਹੋਈ ਆ, ਮੇਰੇ ਵੀ ਇੱਕਦਮ ਰਾਈਟ ਹੋ ਆਇਆ। ਮੈਂ ਯਾਰ ਜੀ ਗਿੱਲ ਸਾਹਿਬ ਨੂੰ ਹੁਣ ਮੈਂ ਅੱਜ ਤਾਂ ਕਹਿ ਨੀ ਸਕਦਾ ਸੀ ਕਰੇ ਉਹਨਾਂ, ਪਰ ਇਹ ਦਿਮਾਗ 'ਚ ਮੇਰੇ ਇੱਕਦਮ ਆਈ। ਬਾਕੀ ਰਮਾਣਾ ਸਾਹਿਬ, ਗਿੱਲ ਸਾਹਿਬ ਦੇ ਲਈ ਅਸੀਂ ਕੱਲ ਨੂੰ ਮੈਂ ਆਪਦੇ ਕੰਨੀਓ 50 ਬੰਦੇ ਦਾ ਆਲਮੋਸਟ ਇਕੱਠ ਕਰ ਰਿਹਾ ਵਾ, ਗਿੱਲ ਸਾਹਿਬ ਨੂੰ ਪਤਾ ਵਾ 6 ਵਜੇ ਪਹੁੰਚਣਾ ਇਹਨਾਂ ਨੇ ਸਾਊਥ ਸਰੀ 'ਚ,
50 ਬੰਦੇ ਮੈਂ ਇਹੋ ਜਿਹੇ ਮੰਨ ਲਓ ਇਕੱਠੇ ਕੀਤੇ ਜਿਹੜੇ 50 ਦੇ ਨਾਲ ਦੋਨੋਂ ਬੰਦਾ ਹੋਰ ਇਕੱਠਾ ਕਰਨਗੇ। ਗਿੱਲ ਸਾਹਿਬ ਨੂੰ ਮੈਂ ਕਹਿੰਦਾ ਹੁੰਦਾ ਸੀਗਾ ਵੀ ਗਿੱਲ ਸਾਹਿਬ ਜਿੱਦਾਂ ਕਿਤੇ ਲੋੜ ਪਈ ਸ਼ਬਦੇਵ ਨੂੰ ਹਾਕ ਮਾਰਿਓ, ਸ਼ਬਦੇਵ ਤੁਹਾਡੇ ਲਈ ਮੂਹਰੇ ਹੋ ਕੇ ਖੜੂਗਾ। ਸੋ ਅੱਜ ਮੈਨੂੰ ਬੜਾ ਬਹੁਤ ਖੁਸ਼ੀ ਹੁੰਦੀ ਹੈ, ਕੱਲ ਦਾ ਦਿਨ ਮੈਂ ਉਡੀਕਦਾ ਵਾਂ ਕਦੋਂ ਗਿੱਲ ਸਾਹਿਬ ਨਾਲ 50 ਬੰਦੇ ਮੈਂ ਮਿਲਾਉਂਗਾ। ਥੈਂਕ ਯੂ, ਬਹੁਤ ਮਿਹਰਬਾਨੀ, ਸ਼ੁਕਰੀਆ ਜੀ, ਧੰਨਵਾਦ। ਇਹਨਾਂ ਦਾ ਪਹਿਲਾ ਅੱਜ ਪ੍ਰੋਗਰਾਮ ਹੈ ਸਾਡੇ ਨਾਲ, ਔਰ ਜਿਵੇਂ ਜਿਵੇਂ ਇਲੈਕਸ਼ਨ ਨੇੜੇ ਆਉਣਾ ਹੈ ਇਹ ਸਵਾਲ ਸਾਰੇ ਤਿੱਖੇ ਹੁੰਦੇ ਜਾਣੇ, ਇਹਨਾਂ ਨੂੰ ਬਤੌਰ ਕੈਂਡੀਡੇਟ ਅਸੀਂ ਟ੍ਰੀਟ ਕਰਾਂਗੇ। ਗੁਰਦੀਪ ਗਿੱਲ ਸਾਹਿਬ, ਤੁਹਾਡਾ ਸਵਾਲ। ਗੁਰਦੀਪ ਗਿੱਲ ਹੋਣ ਦਾ ਮਤਲਬ ਇਹ ਨੀ ਮੈਂ ਹਰਜੀਤ ਗਿੱਲ ਦਾ ਕੋਈ ਭਰਾ ਵਾ ਜਾਂ ਪਿੰਡੂ ਆ, ਮੇਰਾ ਡਿਸਟ੍ਰਿਕਟ ਮੋਗਾ। ਸੈਕਿੰਡ ਇਹ ਆ ਵੀਰ ਜੀ, ਜਿਹਨੂੰ ਦਾ ਮੈਂ ਆ ਤੇ ਮੈਂ ਲਿਬਰਲ ਪਾਰਟੀ ਨੂੰ ਸਪੋਰਟ ਕਰੀ ਜਾਂਦਾ, ਕਿਸੇ ਦੇ ਕਹਿਣਗੇ ਸਾਡੇ ਬੱਚੇ ਇਹਨਾਂ ਸਕੂਲਾਂ ਚ ਪੜ੍ਹਦੇ ਆ, ਬਹੁਤ ਬੁਰਾ ਹਾਲ ਆ ਵੀਰ ਜੀ। ਇਹ ਸੋਚ ਕੇ ਮਨ ਬਣਾਇਆ ਵੀ ਹੁਣ ਆਪਾਂ ਹਰਜੀਤ ਗਿੱਲ ਦੀ ਸਪੋਰਟ ਕਰਨੀ ਆ, ਹੈਕ ਥਾਪੜ ਕੇ ਕਹਿੰਦੇ ਆ ਤੇ ਹਰਜੀਤ ਗਿੱਲ ਨੂੰ ਜਿਤਾਉਣਾ ਵੀ ਆ। ਥੈਂਕ ਯੂ ਵੀਰ ਜੀ, ਬਹੁਤ ਵਧੀਆ ਸੰਖੇਪ ਚ ਗੱਲ ਕਰਦੇ ਤੁਸੀਂ। ਵੈਸੇ ਕੋਸ਼ਿਸ਼ ਕਰੋ ਕਿ ਸਵਾਲ ਕਰੋ ਤਾਂ ਬਿਹਤਰ ਹੈ। ਸਮਰਥਨ ਵਾਲੀ ਗੱਲ ਠੀਕ ਹੈ, ਇਟਸ ਆਲਵੇਜ਼ ਗੁੱਡ, ਬਟ ਸਵਾਲ ਕਰੋ, ਸਵਾਲ ਕਰੋ ਜਿੰਨੇ ਕਰ ਸਕੋ। ਕਸ਼ਮੀਰ ਸਿੰਘ ਜੀ, ਸਤਿ ਸ੍ਰੀ ਅਕਾਲ ਜੀ। ਕਸ਼ਮੀਰ ਸਿੰਘ ਜੀ, ਸਤਿ ਸ੍ਰੀ ਅਕਾਲ ਵੀਰ ਜੀ। ਆਪਣੇ ਗਿੱਲ ਸਾਹਿਬ ਦੇਖੋ ਜੀ, ਆਪਣੇ ਸਟੇਟ ਤੇ ਤੁਹਾਡੀ ਸਰਕਾਰ ਵਾਲੇ ICPC ਦਾ ਇਨਸ਼ੋਰ ਕਿੱਥੇ ਚੱਲ ਗਿਆ? ਲੱਕ ਤੋੜਿਆ ਮੈਂ ਕੱਲ ਪਰਸੋਂ ਕਰਾ ਕੇ ਆਇਆ, ਸਾਲ ਦਾ $300 ਵੱਧ ਗਿਆ ਹੈ, ਤਾਂ ਹਜੇ ਕਹਿੰਦੇ ਹੋਰ ਵਧਣਾ ਹੈ। ਦੂਜੇ ਪਾਸੇ ਜਦੋਂ ਆਈ ਆਪਣੇ ਆਈ ਤਾਂ ਜੋ ਤੁਹਾਡੀ ਤੁਹਾਡੇ ਨਾਲ ਜਦੋਂ ਤੁਹਾਡੀ ਸਰਕਾਰ ਆਈ ਹੈ, ਉਜੜ ਸਾਂਝ ਆਇਆ ਸੀ ਬੇੜਾ, ਉਹ ਵੀ ਗਰਕ ਕੀਤਾ ਵਾ NDP ਨੇ ਇੱਥੇ ਇਹਦੇ ਵਿੱਚ। ਇਹਦੇ ਕਰਕੇ ਤੁਸੀਂ ਠੀਕ ਆ, ਤੁਹਾਨੂੰ ਮੰਨਦੇ ਤੁਸੀਂ ਵਧੀਆ ਸਭ ਤੋਂ ਵਧੀਆ, ਪਰ ਜਿਹੜੀ ਤੁਸੀਂ ਪਾਰਟੀ ਪਾ ਕੀਤੀ ਮੈਨੂੰ ਨੀ ਇਹ ਟਾਈਮ ਦਾ। ਹੁਣ ਉੱਪਰ ਦਾ ਦੇਖੋ ਕੀ ਹਾਲ ਕੀਤਾ, ਕਦੀ ਆਉਣੀ ਆ ਕਦੀ ਆਉਣੀ ਆ, ਜਦੋਂ ਵਿੱਚ ਵਿਚਾਰੇ ਜਿਹੜਾ ਕੰਮ ਰੱਖੇ ਜਾਂ ਗੱਡੇ ਨਾਲ ਕੱਟਾ ਨੀ ਬੰਨਿਆ ਹੁੰਦਾ ਵੀ ਉਹ ਵੀ ਆਪਾਂ ਗੱਡਾ ਨੀ ਦੇਣਾ ਕੱਟਾ ਨਾਲ, ਉਹ ਹਿਸਾਬ ਇਹਨਾਂ ਕੋਲ ਡਿਸੀਜਨ ਨੀ ਪੱਕਾ ਜੀ। ਬਹੁਤ ਮਿਹਰਬਾਨੀ, ਕਰੋ ਜੀ ਕਮੈਂਟ ਜੀ। ਥੋੜਾ ਜਿਹਾ ਕਸ਼ਮੀਰ ਸਿੰਘ ਜੀ, ਆਪਣੀ ਆਪਣੀ ਚੋਇਸ ਹੁੰਦੀ ਹੈ, ਤੁਹਾਡਾ ਮਨ ਮੈਂ ਨਹੀਂ ਬਦਲ ਸਕਦਾ, ਮੇਰਾ ਤੁਸੀਂ ਨਹੀਂ ਬਦਲ ਸਕਦੇ। ਕੁਛ ਅੰਤਰੀਬ ਹੁੰਦਾ, ਖੂਨ ਰਗਾਂ ਚ ਜਿਹਾ ਜਿਹਾ ਵਗਦਾ, ਉਹ ਜਿਹਾ ਡਿਸੀਜ਼ਨ ਹੁੰਦਾ ਜ਼ਿੰਦਗੀ ਚ। ਮੈਨੂੰ ਬਰਾਬਰਤਾ ਦੀ ਪਾਰਟੀ, ਆਮ ਲੋਕਾਂ ਦੀ ਪਾਰਟੀ ਵਧੀਆ ਲੱਗਦੀ ਹੈ। ਬਾਕੀ ਅੱਜ ਤੁਸੀਂ ਅੰਡਰਸਟੈਂਡ ਕਰ ਲਓ, ਸੁਣਨ ਵਾਲੇ ਵੀ ਕਰ ਲਓ, ਪਾਰਟੀ ਇੱਕ ਹੈ ਪਰ ਫੈਡਰਲ ਤੌਰ ਤੇ ਸੈਂਟਰ ਦੇ ਵਿੱਚ ਅਲੱਗ ਆਪਰੇਟ ਕਰਦੀ ਹੈ, ਸੂਬਿਆਂ ਚ ਆਪਰੇਟ ਅੱਡ ਕਰਦੀ ਹੈ। BC ਦੀ ਸੂਬਾ ਸਰਕਾਰ ਦੇ ਡਿਸੀਜ਼ਨਾਂ ਦੇ ਨਾਲ ਫੈਡਰਲ ਡਿਸੀਜ਼ਨ ਦਾ ਕੋਈ ਮਤਲਬ ਨਹੀਂ ਹੈ। ਮੈਂ ਫੈਡਰਲ ਪਾਰਟੀ ਦੇ ਵਿੱਚ ਲੜ ਰਿਹਾ। ਨੰਬਰ 2, ਪਾਰਟੀ ਇੱਕ ਹੈ, 1 ਅਰਬ, ਹੁਣ ਮੈਂ ਜਵਾਬ ਤੁਹਾਨੂੰ ਦੇ ਦਵਾਂ, $1 ਅਰਬ, $1 ਬਿਲੀਅਨ ਲਿਬਰਲ ਲੈ ਕੇ ਚੱਕ ਕੇ, ਜੇ ਤੁਹਾਨੂੰ ਚੰਗੇ ਲੱਗਦੇ ਹੋਣਗੇ $1 ਅਰਬ। ਉਹਦੇ ਬਾਅਦ 300-300 ਮਿਲੀਅਨ ਦੀਆਂ ਪ੍ਰੋਪਰਟੀਆਂ ਵੇਚ ਕੇ 29-29 ਏਕੜ ਕੈਂਬੀ ਦੇ ਉੱਪਰ, ਜਿਹਦੇ ਚੋਂ 150 ਮਿਲੀਅਨ ਹਲੇ ਦੇਣਾ, ਚੋਂ 3 ਬਿਲੀਅਨ ਬਣਨਾ, ਸਾਡੇ ਆਫਿਸ ਦੀ ਹਸਪਤਾਲ ਦੀ ਜਗ੍ਹਾ ਸਰੀ ਦੇ ਵਿੱਚੋਂ ਲੈ ਗਏ। ਉਬਰ ਜਿਹੜੀ ਹੈ ਉਹ ਲਿਬਰਲ ਨੇ ਲਿਆਂਦੀ ਹੈ, ਉਹਦੇ ਬਾਅਦ ਜੇ ਲਿਬਰਲ ਸਰਕਾਰ ਹੁੰਦੀ, ਹੁਣ ਉਬਰ ਤੁਰੀ ਹੁੰਦੀ ਸੀ। December 2019 ਦਾ ਵਾਅਦਾ ਕੀਤਾ ਹੈ NDP ਨੇ, 2 ਵਰੇ ਲਾ ਤੇ ਉਹਨੂੰ ਲਿਆਉਣ ਲਈ ਹਲੇ। ਯੈਸ, ਉਹਦੇ ਤੇ ਕੈਪ ਦਾ ਉਹਨਾਂ ਨੇ ਵਾਅਦਾ ਕੀਤਾ ਸੀ, ਕੈਪ ਹਲੇ
ਨਹੀਂ ਲਾਇਆ ਉਹ ਕੈਪ ਲਾਉਣਗੇ, ਉਹਦੇ ਲਈ ਹੋ ਰਿਹਾ ਪ੍ਰੋਵਿੰਸ਼ੀਅਲ ਤੇ ਫੈਡਰਲੀ ਦੋ ਅਲੱਗ ਪਾਰਟੀਆਂ ਨੇ ਜੀ। ਸੁੰਦਰਪਾਲ, ਸੁੰਦਰਪਾਲ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ, ਮੈਂ ਇਹ ਪੁੱਛੂਗਾ ਜੀ, ਦੇਖੋ ਅੱਗੇ ਤੁਸੀਂ ਮਸਲੇ ਉਠਾਉਂਦੇ ਰਹੇ ਆ ਗੱਲ ਸਾਹਿਬ, ਬਈ ਮਸਲੇ ਉਠਾਉਂਦੇ ਰਹੇ ਆ, ਹੁਣ ਮਸਲਿਆਂ ਦੇ ਹੱਲ ਬਾਰੇ ਗੱਲ ਚੱਲ ਰਹੀ ਉਹ ਕਿੱਦਾਂ ਕਰਨੇ ਆ, ਕਿਉਂਕਿ ਹੁਣ ਤੁਹਾਡੀ ਜੇ ਡਿਊਟੀ ਲੱਗਣੀ ਤਾਂ ਉਹ ਹੱਲ ਕਰਨ ਦੀ ਲੱਗਣੀ ਆ। ਉਹਦੇ ਵਿੱਚ ਇਹ ਹੁੰਦਾ ਵੀ ਜਦੋਂ ਬੰਦਾ ਕਿਸੇ ਪਾਰਟੀ ਲਈ ਲੜਦਾ ਤੇ ਉਹਦੇ ਲਈ ਇੱਕ ਲੀਕ ਖਿੱਚੀ ਜਾਂਦੀ ਆ ਵੀ ਤੂੰ ਪਾਰਟੀ ਜੋ ਕਹਿੰਦੀ ਆ ਅਸੀਂ ਤੂੰ ਉਹੀ ਕਰਨਾ। ਤੁਸੀਂ ਉਹ ਲੀਕ ਲੈਣ ਨੂੰ ਕਿੱਦਾਂ ਕ੍ਰੋਸ ਕਰੋਗੇ, ਕਿਉਂਕਿ ਜਦੋਂ ਪਾਰਟੀ ਦੀ ਗੱਲ ਤੋਂ ਗੁੱਡ ਕੁਐਸਚਨ, ਗੁੱਡ ਕੁਐਸਚਨ। ਸੋ ਗੱਲਾਂ ਬਾਤਾਂ ਆਪਾਂ ਬਹੁਤ ਕਰ ਲਈਆਂ, ਇਸ਼ੂ ਨੂੰ ਆਪਾਂ ਉਗਾੜ ਲਿਆ, ਪਰ ਪਾਰਟੀਆਂ ਦਾ ਆਪਣਾ ਇੱਕ ਡਿਕਟੇਸ਼ਨ ਹੁੰਦੀ ਹੈਗੀ, ਉਹਨੂੰ ਕਿਵੇਂ ਕਰੋਗੇ? ਰਮਾਣਾ ਸਾਹਿਬ, ਪਾਰਟੀ ਦੀ ਲਾਈਨ ਤੋਂ ਪਰਾਂ ਹੋ ਕੇ ਆਜ਼ਾਦ ਫਿਜ਼ਾ 'ਚ ਖੜ ਕੇ ਜਵਾਬ ਜਾਂ ਦੇਣਾ, ਇੱਕੋ ਹੀ ਕੈਂਡੀਡੇਟ ਨੂੰ ਡਰ ਹੁੰਦਾ ਕਿ ਪਾਰਟੀ ਵਿਪ ਗੁੱਸੇ ਹੋਜੂ, ਪਾਰਟੀ ਦੀ ਹਾਈਕਮਾਂਡ ਗੁੱਸੇ ਹੋਜੂ, ਅਗਲੀ ਇਲੈਕਸ਼ਨ 'ਚ ਮੈਨੂੰ ਸੀਟ ਨਹੀਂ ਮਿਲਣੀ। ਰੌਲਾ ਇਹੀ ਹੈ, ਰੂਡ ਜੂਡੀ ਵਿਲਸਨ ਨਾਲ ਇਹੀ ਹੋ ਰਿਹਾ, ਸੱਚ ਬੋਲਣ ਦੀ ਉਹਨੂੰ ਸਜ਼ਾ ਮਿਲ ਗਈ। ਪਰ ਮੈਂ ਕਦੇ ਕੋਈ ਆਪਣੇ ਜੱਦੀ ਪੁਸ਼ਤੀ ਪਰਿਵਾਰ ਦੇ ਵਿੱਚ ਰਾਜਨੀਤੀ ਨਹੀਂ ਕਰਦਾ, ਤਾਂ ਮੈਨੂੰ ਰਾਜਨੀਤੀ ਦੇ ਨਾਲ ਹੀ ਮੇਰਾ ਸਾਰਾ ਕੁਛ ਹੈ। ਮੈਨੂੰ ਆਲਰੇਡੀ ਬਹੁਤ ਸਤਿਕਾਰ ਕਮਿਊਨਿਟੀ ਨੂੰ ਦਿੱਤਾ, ਜਿੱਥੇ ਕਮਿਊਨਿਟੀ ਦਾ ਇਸ਼ੂ ਹੋ ਰਿਕਾਰਡ ਕਰ ਲਿਓ, ਪਾਰਟੀ ਕੀ ਕਹਿੰਦੀ ਆ ਉਹਨੂੰ ਮੈਨੂੰ ਮੈਟਰ ਨਹੀਂ, ਪਰ ਮੈਂ ਲੋਕਾਂ ਨਾਲ ਖੜਾ ਹੂੰ, ਇਹ ਮੇਰਾ 100% ਤੁਹਾਡੇ ਨਾਲ ਵਾਅਦਾ ਹੈ। ਇਹ ਮੈਨੂੰ ਪਤਾ ਮੈਂ ਪਾਰਟੀ ਵਿਪ ਕੰਟਰੋਲ ਕਰਦੇ ਨੇ ਪਾਰਟੀ ਦਾ ਮੈਸੇਜ, ਪਰ ਜਿਹੜਾ ਆਮ ਲੋਕਾਂ ਦੀ ਪਾਰਟੀ ਹੋਵੇ, ਕਮਿਊਨਿਟੀ ਚੋਂ ਨਿਕਲ ਕੇ ਪਾਰਟੀ ਦਾ ਲੀਡਰ ਹੋਵੇ, ਮੈਨੂੰ ਨਹੀਂ ਲੱਗਦਾ ਤੁਹਾਡੇ ਹੱਕਾਂ ਦੀ ਰਾਖੀ ਦੇ ਲਈ ਕਦੇ ਰੋਕਿਆ ਜਾਊ। ਜੇ ਰੋਕਣਗੇ ਪਰ ਮੇਰੀ ਚੋਇਸ ਤੁਹਾਡੀ ਹੋਏਗੀ। ਜੋਲ ਸਾਹਿਬ, ਤੁਹਾਡਾ ਸਵਾਲ। ਹਾਂਜੀ, ਮੇਰਾ ਸਵਾਲ ਜੀ ਇੱਦਾਂ ਹੈ ਬਈ, ਇਹਨਾਂ ਚਲੋ ਇੱਕ ਤਾਂ ਇਹਨੇ ਆਹ ਕਲੀਅਰ ਕਰੇ ਦਿੱਤਾ ਜਿਹੜਾ ਪਿਛਲਾ ਸਵਾਲ ਸੀਗਾ ਬਈ ਪਾਰਟੀ ਲਾਈਨ ਤੋਂ ਪਰੇ, ਮੇਰਾ ਵੀ ਸਵਾਲ ਸੀਗਾ, ਚਲੋ ਵਧੀਆ ਕੀਤਾ। ਪਰ ਮੈਂ ਇੱਕ ਕਹਿੰਦਾ ਵੀ ਜਦੋਂ ਤੁਸੀਂ ਸੋਚਦੇ ਆ ਬਈ ਰਾਜਨੀਤਿਕ ਤੌਰ ਤੇ ਆਉਣੇ, ਅਸੀਂ ਇਹ ਸੋਚਦੇ ਹਾਂ ਵੀ ਤੁਹਾਡੇ ਕੋਲ ਸੋਲਿਊਸ਼ਨ ਆ, ਅਸੀਂ ਇਹਨਾਂ ਨੂੰ ਤਾਂ ਚਾਹੁੰਦੇ ਹਾਂ, ਅਸੀਂ ਇਹਨਾਂ ਤੋਂ ਸਲਾਹਾਂ ਨਹੀਂ ਲੈਣੀਆਂ, ਜਿੰਨੇ ਵੀ ਰਾਜਨੀਤਿਕ ਹੈ ਇਨਕਲੂਡਿੰਗ ਹਰਜੀਤ ਸਿੰਘ ਜੀ, ਤੇ ਇਹ ਸਾਨੂੰ ਦੱਸਣ ਵੀ ਅਸੀਂ ਤੁਹਾਡੇ ਨਾਲ, ਸਾਨੂੰ ਹਮਦਰਦੀ ਨਹੀਂ ਚਾਹੀਦੀ, ਸਾਨੂੰ ਚਾਹੀਦਾ ਜੇ ਕੋਈ ਸਾਡਾ ਗੈਂਗਵਾਰ ਦਾ ਇਸ਼ੂ ਆ ਜਾਂ ਸਾਡਾ ਇਹ ਮੰਨ ਲਓ ਇਮੀਗ੍ਰੇਸ਼ਨ ਦਾ ਇਸ਼ੂ ਆ, ਸਾਨੂੰ ਉਹਨਾਂ ਦੇ ਸੋਲਿਊਸ਼ਨ ਤੁਹਾਡੇ ਕੋਲ ਪਤਾ ਹੋਣੇ ਚਾਹੀਦੇ, ਤੇ ਸੋਲਿਊਸ਼ਨ ਇਹਦਾ ਆਹ ਹੋਣਾ ਹੀ ਚਾਹੀਦਾ ਕਿ ਤੁਸੀਂ ਪਾਰਲੀਮੈਂਟ ਵਿੱਚ ਉਹਨਾਂ ਚੀਜ਼ਾਂ ਤੇ ਬੋਲਣਾ ਵੀ ਹੁਣ ਜਿੰਨੇ ਸਾਡੇ ਇੱਥੇ ਜਿਹੜੇ ਕਰੰਟ MPP ਆ ਉਹ ਸਾਨੂੰ ਝੂਠੀ ਹਮਦਰਦੀ ਦਿੰਦੇ ਜਾਂ ਪਾਰਟੀਆਂ ਦੇ ਪਪਟ ਬਣ ਕੇ ਉਹਨਾਂ ਦੀਆਂ ਸਿਫਤਾਂ ਕਰਾਈ ਜਾਂਦੇ, ਸਾਨੂੰ ਇਹ ਚੀਜ਼ਾਂ ਦੀ ਬਿਲਕੁਲ ਲੋੜ ਨਹੀਂ। ਆਮ ਲੋਕ ਸੋਲੂਸ਼ਨ ਓਰੀਐਂਟਡ, ਸੋਲੂਸ਼ਨ ਓਰੀਐਂਟਡ ਮੇਰਾ ਖਿਆਲ ਦੁਆਰਾ ਫਿਰ ਇਹੀ ਕਹਿ ਰਹੇ ਨੇ ਜੀ। ਜੀ ਦਿਓਲ ਸਾਹਿਬ, ਪਲੀਜ਼ ਕੰਕਲੂਡ ਕਰਿਓ, ਸਵਾਲ ਕਰਿਓ। ਹਾਂ, ਜਿੱਦਾਂ ਆਮ ਲੋਕਾਂ ਦਾ ਹੁਣ ਟੈਕਸੀ ਤੇ ਉਬਰ ਦਾ ਆ, ਸਾਨੂੰ ਪਤਾ ਵੀ ਇੱਥੇ ਲੈਵਲਿੰਗ ਫੀਲਡ ਦਾ ਇਸ਼ੂ ਆ ਵੀ ਇਹ ਇਹਦਾ ਸੋਲੂਸ਼ਨ ਆ, ਪਰ ਉਹਨੂੰ ਇਸ ਤਰ੍ਹਾਂ ਅਸੀਂ ਟੈਕਸੀ ਵਾਲਿਆਂ ਦੇ ਨਾਲ ਆ, ਅਸੀਂ ਉਬਰ ਦੇ ਨਾਲ ਆ, ਇਹ ਕੋਈ ਹੱਲ ਨੀ ਹੈਗਾ, ਤੁਸੀਂ ਜੋ ਸੋਲੂਸ਼ਨ ਹੈ ਉਹਦੇ ਨਾਲ ਖੜੋ ਪਿਆ, ਇਹਦਾ ਸੋਲੂਸ਼ਨ ਆ ਹਰ ਹਾਲਤ ਚ ਲਾਗੂ ਹੋਣਾ। ਮੈਂ ਇਹ ਕਹਿਣ ਤੋਂ ਭਾਵ ਆ ਬਈ ਇਹ ਦੋ ਚੀਜ਼ਾਂ ਤੇ ਇੱਕ ਹਿਊਮਨ ਰਾਈਟ ਦਾ, ਕਿਉਂਕਿ ਜਿਹੜਾ ਕੈਨੇਡਾ ਇਸ ਚੀਜ਼ ਦੇ ਵਿੱਚ ਬਹੁਤ ਪਿੱਛੇ ਆ, ਹੋਈ ਜਾ ਅੱਗੇ ਬਹੁਤ ਅੱਗੇ ਸੀਗਾ, ਕਿਉਂਕਿ ਜਿਹਦੇ ਦੁਨੀਆਂ ਭਰ ਵਿੱਚ ਜਦੋਂ ਹਿਊਮਨ ਰਾਈਟ ਦੀਆਂ ਗੱਲਾਂ ਆਉਂਦੀਆਂ, ਰਾਜਨੀਤਿਕ ਪਾਰੀ ਖਾਸ ਕਰਕੇ ਐਂਡਰੂ ਸ਼ੀਅਰ ਲੈ ਲਓ ਜਾਂ ਜਸਟਿਨ ਟੂਡੋ ਲੈ ਲਓ, ਜਗਮੀਤ ਸਿੰਘ ਵੀ ਬੋਲਦੇ ਆ, ਪਰ ਧੜੱਲੇਦਾਰ ਨਾਲ ਜਿੱਦਾਂ ਬੋਲਣਾ ਚਾਹੀਦਾ, ਈਵਨ ਇਨਸਾਈਡ ਦੇ ਕੈਨੇਡਾ ਦੇ ਉਹ ਚੀਜ਼ਾਂ ਬਹੁਤ ਪਿੱਛੇ ਆ, ਤੇ ਉਹਨਾਂ ਦੇ ਬਾਰੇ ਇਹਨਾਂ ਦਾ ਕੀ ਵਿਚਾਰ, ਵੀ ਇਹ ਕਿੱਧਰ ਹਿਊਮਨ ਰਾਈਟ ਨੂੰ ਲੱਗੇ ਜਾਂ ਇਹਨਾਂ ਪਾਰਟੀ ਨਾਲ ਖੜੂਗੇ ਇਹ ਚੀਜ਼ਾਂ ਦੇ ਜੇ ਕੋਈ ਰਾਜਨੀਤਿਕ ਬੰਦਾ ਤੁਹਾਡੇ ਇਕੱਠ ਚ ਆ ਕੇ ਕਹਿੰਦਾ ਵੀ ਕੋਈ ਕੰਮ ਹੋਇਆ ਤਾਂ ਮੈਨੂੰ ਦੱਸਿਓ, ਤਾਂ ਉਹ ਬਿਲਕੁਲ ਹੀ ਝੂਠ ਬੋਲ ਰਿਹਾ ਤੁਹਾਡੇ ਕੋਲ। ਇੱਥੇ ਸਿਸਟਮ ਦੇ ਵਿੱਚ ਰਾਜਨੀਤਿਕ ਬੰਦਾ ਕੋਈ ਕੰਮ ਨਹੀਂ ਕਰ ਸਕਦੇ, ਉਹਨਾਂ ਨੇ ਅਫਸਰ ਸ਼ਾਹੀ ਨੂੰ ਕਮਾਂਡ ਕਰਨੀ ਹੈ। ਕਮਿਊਨਿਟੀ ਦੇ ਇਸ਼ੂ ਜਵਾਕ ਮਰ ਰਹੇ ਨੇ, ਸੁੱਖਾ ਤੁਹਾਡੇ ਲਈ ਲੀਗਲ ਹੋ ਗਿਆ, ਬੋਲੋ ਤਾਂ ਸਹੀ, ਕੋਈ ਹਾਊਸ ਆਫ ਕਾਮਨ ਚ ਲਿਆਓ ਕੱਢ ਕੇ, ਕੋਈ ਕਿਸੇ ਦੇ ਮਿਨਟਸ ਹੋਣ ਜਿੱਥੇ ਹੱਥ ਤੇ ਹੱਥ ਮਾਰ ਕੇ ਤੁਹਾਡੇ ਕਿਸੇ ਰਾਜਨੀਤਿਕ ਬੰਦੇ ਨੇ, ਤੁਹਾਡੇ ਚੁਣੇ ਹੋਏ ਨੇ ਪੰਜਾਬੀ ਬੰਦੇ ਨੇ ਕਿਹਾ ਵੀ ਸਰੀ ਚ ਸਾਡੇ ਜਵਾਕ ਮਰਦੇ ਨੇ, ਕਰੋ ਕੁਛ।
ਕੋਈ ਦੱਸਿਓ ਕੋਈ ਦਫ਼ਤਰ ਪ੍ਰਧਾਨ ਮੰਤਰੀ ਦੇ ਬਾਹਰ ਕੋਈ ਬੈਠਿਆ ਹੋਵੇ। ਨੰਬਰ 2, ਮਨੁੱਖੀ ਹੱਕਾਂ ਦੀ ਗੱਲ ਮੈਂ ਚੈਲੰਜ ਕਰਦਾ ਨਾਲ ਦੇ ਬੰਦਿਆਂ ਨੂੰ, ਦੋਨੇ ਸਤਿਕਾਰਤ ਕੈਂਡੀਡੇਟਸ ਨੂੰ, ਕਹਿਣ ਤੇ ਆ ਕੇ ਕੁਵੈਕ ਦੇ ਵਿੱਚ ਜਿਹੜਾ ਸੈਕੂਲਰਿਜ਼ਮ ਦਾ ਬਿੱਲ ਹੈ ਉਹਦੇ ਅਸੀਂ ਅਗੇਂਸਟ ਬੋਲਦੇ ਹਾਂ, ਬੋਲਣ ਦੋ ਨਹੀਂ। ਕੱਲਾ ਜਗਮੀਤ ਸਿੰਘ ਜਿਹੜਾ ਜਾ ਕੇ ਤੁਸੀਂ ਮਿਨੋਰਟੀ ਦੇ ਵਿੱਚ ਹੋ, ਸੈਕੂਲਰਿਜ਼ਮ ਦੀ ਗੱਲ ਤੁਰੀ ਹੈ ਤੇ ਮੈਂ ਸਵਾਲ ਤੁਹਾਨੂੰ ਕਰਨਾ ਸੀਗਾ, ਸਾਡੀ ਪੋਜੀਸ਼ਨ ਕੀ ਹੈ, ਕਿਉਂਕਿ ਬੜਾ ਭੰਬਲ ਭੂਸਾ ਔਰ ਫੈਡਰਲ ਪਾਰਟੀਆਂ ਜਿਹੜੀਆਂ ਗੁਰੇਜ਼ ਕਰ ਰਹੀਆਂ ਨੇ ਉਲੰਭ। ਗੱਲ ਇਹ ਹੈ ਜੀ, ਉੱਥੋਂ MP ਆਉਣੇ ਨੇ, MPਾਂ ਨੇ ਸਰਕਾਰ ਬਣਾਉਣੀ ਹੈ ਕੁਵੈਕ ਦੇ ਵਿੱਚ, ਦੋਨੇ ਪਾਰਟੀਆਂ ਚੁੱਪ ਨੇ, ਲਿਬਰਲ ਵੀ ਚੁੱਪ ਆ, ਕੰਸਰਵੇਟਿਵ ਵੀ ਚੁੱਪ ਆ। ਕੱਲੇ ਸਰਦਾਰ ਜਗਮੀਤ ਸਿੰਘ ਕੁਵੈਕ ਦੇ ਵਿੱਚ ਜਾ ਕੇ, ਖਬਰਾਂ ਪੜ੍ਹੋ, 3 ਦਿਨ ਲਾ ਕੇ ਆਏ ਨੇ। ਸਾਡੀ ਇੱਕ ਜਵਾਕ ਜਿਹੜੀ ਮੌਂਟਰੀਅਲ ਤੋਂ ਜਿਹੜੀ ਦਸਤਾਰ ਸਜਾਉਂਦੀ ਸੀ ਉਹ ਸਰੀ ਚ ਨੌਕਰੀ ਕਰਨ ਆਈ ਹੈ, ਕਿਉਂਕਿ ਸੈਕੂਲਰਿਜ਼ਮ ਦੇ ਥੱਲੇ ਉਹਨੂੰ ਧਾਰਮਿਕ ਚਿੰਨ ਪਾ ਕੇ ਨੌਕਰੀ ਨਹੀਂ ਕਰਨ ਦਿੱਤੀ ਜਾ। 2-3 ਗੱਲਾਂ ਨਾਲ ਦੀ ਨਾਲ ਹੁਣ ਆਪਾਂ ਸਮਾਂ ਘੱਟ ਜਾਣਾ ਜੀ। ਅਬੋਰਸ਼ਨ ਦੇ ਮੁੱਦੇ ਤੇ ਤੁਹਾਡੀ ਪਾਰਟੀ ਕੀ ਕਹਿੰਦੀ ਹੈ, ਕਿਉਂਕਿ ਅਬੋਰਸ਼ਨ ਦੇ ਮੁੱਦੇ ਦੇ ਉੱਤੇ ਦੋਸ਼ ਲੱਗ ਰਿਹਾ ਹੈਗਾ ਕਿ ਐਂਡਰਿਊ ਸ਼ੀਅਰ ਸਾਹਿਬ ਕੰਜ਼ਰਵੇਟਿਵ ਪਾਰਟੀ ਦੀ ਭੰਬਲ ਭੂਸੇ ਚ ਹੈ, ਸਪਸ਼ਟ ਨਹੀਂ। ਅਬੋਰਸ਼ਨ ਤੇ ਪਾਰਟੀ ਦੀ ਜਿਹੜੀ ਕਲੀਅਰ ਆ ਉਹ ਪ੍ਰੋ ਚੋਇਸ ਹੈ ਜੀ, ਵੀ ਇਸਤਰੀ ਜਿਸ ਨੇ ਅਬੋਰਸ਼ਨ ਕਰਾਉਣਾ, ਗਰਭਪਾਤ ਕਰਾਉਣਾ, ਉਹਦਾ ਡਿਸੀਜ਼ਨ ਆ, ਨਾ ਕੋਈ ਮਰਦ ਉਹ ਚ ਕਹਿ ਸਕਦਾ, ਨਾ ਕੋਈ ਹੋਰ ਇਸਤਰੀਆਂ ਕਰ ਸਕਦੀਆਂ ਨੇ, ਉਹਨਾਂ ਦੀ ਉਹਦੀ ਆਪਣੀ ਮਰਜ਼ੀ ਅਬੋਰਸ਼ਨ ਕਰਾਉਣਾ ਜਾਂ ਨਹੀਂ ਕਰਾਉਣਾ, ਇਹ ਪਾਰਟੀ ਦੀ ਲਾਈਨ ਆ। ਦੂਜੇ ਪਾਸੇ ਕਲੀਅਰਟੀ ਨਹੀਂ ਹੈ, ਸੈਕੂਲਰਿਜ਼ਮ ਤੇ ਬਿਲਕੁਲ ਹੀ ਕਲੀਅਰਟੀ। ਤੁਸੀਂ ਮਿਨੋਰਟੀ ਤੋਂ ਜਾ ਕੇ ਮਿਨੋਰਟੀ ਦੀਆਂ ਵੋਟਾਂ ਮੰਗਦੇ ਹੋ, 55,000 ਵੋਟ ਹੈ ਸਾਊਥ ਏਸ਼ੀਅਨ ਦੀ ਨਿਊਟਨ ਦੇ ਵਿੱਚ, ਤੇ ਮਿਨੋਰਟੀ ਦੇ ਹੱਕ ਤੇ ਡਾਕਾ ਪੈ ਗਿਆ, ਤੁਸੀਂ ਪਾਰਟੀ ਦੀ ਲਾਈਨ ਕਲੀਅਰ ਕਰੋ, ਕਹੋ ਆ ਕੇ ਅੱਜ ਬਾਹਰ ਅਸੀਂ ਪਾਰਟੀ ਤੋਂ ਪਰਾਂ ਹਟ ਕੇ ਘੱਟ ਗਿਣਤੀ ਲਈ ਇਸ ਤਰ੍ਹਾਂ ਕਰਦੇ। ਤੁਹਾਡੇ ਨੇਤਾ ਤੇ ਦੋਸ਼ ਲੱਗਦਾ ਹੈ ਕਿ ਉਹ ਉਸ ਜਿਹੜਾ ਪਾਈਪ ਲਾਈਨ ਦੇ ਮੁੱਦੇ ਦੇ ਉੱਤੇ ਉਹਨਾਂ ਨੇ ਸਮਾਂ ਖਾਸਾ ਖਰਾਬ ਕਰ ਦਿੱਤਾ, ਪਹਿਲਾਂ ਬੋਲੇ ਨਾ ਫਿਰ ਬੋਲੇ, ਤਾਂ ਉਹਦੇ ਬਾਰੇ ਇੱਕ ਸਾਰਤਾ ਵਾਲੀ ਕੋਈ ਗੱਲ ਨਹੀਂ ਸੀਗੀ। ਔਰ ਪਹਿਲਾਂ ਜ਼ਿਕਰ ਹੋ ਚੁੱਕਿਆ ਕਾਲਰ ਨੇ ਕੀਤਾ, ਕਿਉਂਕਿ ਸੂਬਿਆਂ ਦੀ NDP ਸਰਕਾਰਾਂ ਤੇ ਫੈਡਰਲ NDP ਦੀ ਪਹੁੰਚ ਵੱਖੋ ਵੱਖਰੀ ਹੈ। ਸੋ ਇਹ ਜਿਹੜਾ ਮੁੱਦਾ ਸਾਡੇ ਲਈ ਬਹੁਤ ਮਹੱਤਵਪੂਰਨ ਹੈ, ABC ਲਈ ਬਹੁਤ ਮਹੱਤਵਪੂਰਨ ਹੈ ਪਾਈਪਲਾਈਨ ਦਾ ਮੁੱਦਾ, ਇਹਦੇ ਬਾਰੇ ਤੁਹਾਡੀ ਪਾਰਟੀ ਦਾ ਜਾਂ ਤੁਹਾਡਾ ਨਿੱਜੀ ਕੋਈ ਵਿਚਾਰ ਹੋਵੇ ਤਾਂ ਜਾਣਨਾ। ਦੋਨੇ ਪਾਸੇ ਜੀ ਗੱਲ ਹੋਈ ਹੋਈ ਹੈ, ਦੇਖੋ ਨੋਟਲੀ ਤੇ ਹਾਰਗਨ ਦੋਨੇ ਫਸ ਗਏ, ਦੋਨੇ NDP ਦੀਆਂ ਸਰਕਾਰਾਂ ਸੀ, ਦੇਖੋ ਆਪਰੇਟ ਕਿਵੇਂ ਕਰਦੇ ਆ। ਪਰ ਹਾਰਗਨ ਨੇ ਵਿਰੋਧ ਤਾਂ ਕੀਤੀ, ਹੁਣ ਕੀ ਹੈ, ਜਗਮੀਤ ਸਿੰਘ ਹੋਣੀ ਕਹਿੰਦੇ ਨੇ ਵੀ ਜਿੱਥੇ ਇਹ ਗੱਲ ਚੱਲ ਰਹੀ ਹੈ ਕਿ ਪਾਈਪਲਾਈਨ ਆਉਣੀ ਹੈ, ਪਾਈਪਲਾਈਨ ਦੇ ਉਹ ਹੱਕ ਚ ਗੱਲ ਕਰਦੇ ਨੇ, ਪਰ ਉਹ ਨਾਲ ਹੀ ਇਹ ਗੱਲ ਕਰਦੇ ਆ ਵੀ ਜਿਹੜਾ ਕਲਾਈਮੇਟ ਹੈ ਉਹਦਾ ਕਿਵੇਂ ਕਰਨਾ। ਪੋਲਿਊਟਰ ਨੇ ਜਿਹੜੇ ਜਿਹੜੇ ਬਿਗ ਕੰਪਨੀ ਹੈ, ਤੁਸੀਂ ਇਹ ਦੇਖੋ ਪ੍ਰਾਈਵੇਟ ਪਾਰਟ ਇੱਕ ਕੰਪਨੀ ਅਪਲਾਈ ਕਰ ਰਹੀ ਹੈ, ਆਲਰੇਡੀ ਉਹਨਾਂ ਦੀ ਲਾਈਨ ਚੱਲ ਰਹੀ ਹੈ, ਉਹਨਾਂ ਨੇ ਸਰਕਾਰ ਨੂੰ ਥ੍ਰੈਟ ਕੀਤਾ, ਸਰਕਾਰ ਨੇ ਸਾਡੇ ਟੈਕਸ ਪੇਅਰ ਦਾ $5 ਬਿਲੀਅਨ ਲਾ ਕੇ ਉਹ ਜਿਹੜੀ ਹੈ ਉਹ ਪਾਈਪ ਲਾਈਨ ਉਹ ਖਰੀਦ ਲਈ। ਮੈਨੂੰ ਦੱਸੋ ਵੀ ਸਰਕਾਰ ਕੋਲ ਕਿਹੜਾ ਡਿਸੀਜਨ ਆ ਵੀ 5 ਬਿਲੀਅਨ ਕੈਨੇਡਾ ਦੇ ਲੋਕਾਂ ਦਾ ਹੁੱਕ ਤੇ ਹੈ। ਕੱਲ ਨੂੰ ਉਹਨੂੰ ਚੈਲੰਜਸ ਨੇ ਕਲੀਅਰ ਹੈ ਨਹੀਂ, ਜਿਉਂ ਜਿਉਂ ਉਹ ਸ਼ੁਰੂ ਨਹੀਂ ਹੋਣੀ ਤਿਉਂ ਤਿਉਂ ਲੋਕਾਂ ਦੇ ਪੈਸੇ ਜਿਹੜੇ ਨੇ ਉਹ ਜਾਈ ਜਾਣੇ। ਇੱਕ ਬ੍ਰੇਕ ਲੈ ਕੇ ਮੁੜਦੇ ਵਾਪਸ, ਸਰਦਾਰ ਹਰਜੀਤ ਸਿੰਘ ਗਿੱਲ ਜਿਹੜੇ ਕਿ ਸਰੀ ਨਿਊਟਨ ਤੋਂ ਫੈਡਰਲ NDP ਦੇ ਕੈਂਡੀਡੇਟ ਨੇ, ਉਹਨਾਂ ਗੱਲਬਾਤ ਚੱਲਦੀ ਰਹਿਣੀ ਹੈ। ਸਮਾਂ ਘੱਟਦਾ ਜਾ ਰਿਹਾ, ਗੱਲਾਂ ਬਾਤਾਂ ਨਾਲ ਦੀ ਨਾਲ ਕਰਾਂਗੇ ਅਸੀਂ, ਤੁਹਾਡੀਆਂ ਕਾਲਸ ਵੀ। ਸੁਖਪਾਲ ਸਿੰਘ ਕੀ ਕਹਿਣਾ ਚਾਹੁੰਦੇ? ਸੁਖਪਾਲ ਸਿੰਘ ਰੱਖਿਓ ਸੰਖੇਪ ਪਲੀਜ਼। ਸਾਲ ਪਹਿਲਾਂ ਆ ਜਾਂਦੀ, ਸੋ ਆਮ ਲੋਕਾਂ ਦੀ ਪਾਰਟੀ 11% ਜਿਹੜੇ ਖੂਨ ਪੀਣੇ ਆ ਉਹਨਾਂ ਨੂੰ ਤਕਲੀਫ ਰਹੀ ਆ, ਕਿਉਂਕਿ ਇਸ ਪਾਰਟੀ ਦੀ ਉਹ ਪਾਰਟੀ ਆਏ ਅਸੂਲ ਜਿਹੜੀ 10 ਪਾਤਸ਼ਾਹੀਆਂ ਨੇ ਅਸੂਲ ਬਣਾਏ ਸੀਗੇ। ਸੋ ਪਾਰਟੀ ਤੋਂ ਬਾਹਰ ਤਾਂ ਜਾਣਾ ਨਹੀਂ ਪੈਣਾ ਹਰਜੀਤ ਸਿੰਘ ਨੂੰ, ਕਿਉਂਕਿ ਇਹ ਪਾਰਟੀ ਦੇ ਸਾਰੇ ਜੋ ਗੱਲਾਂ ਹਰਜੀਤ ਸਿੰਘ ਜੀ ਕਰ ਰਹੇ ਪਾਰਟੀ ਦੀਆਂ ਇਹ ਗੱਲਾਂ ਹੀ ਆ ਸਾਰੀਆਂ। ਸੋ ਲੋਕੋ ਤਗੜੇ ਹੋ ਕੇ ਮਦਦ ਕਰੋ, ਤੁਸੀਂ ਅਸੀਂ ਮਿਹਰਬਾਨੀ ਸਮਰਥਕ ਨੇ ਜੀ, ਤੁਹਾਡੇ ਫੈਨ ਨੇ। ਇੱਕ ਇਮੀਗ੍ਰੇਸ਼ਨ ਦਾ ਸਵਾਲ ਦਾ ਜਾਵੇ ਆਪਣੇ।
ਹੁਣ ਗੱਲਾਂ ਬਾਤਾਂ ਨੇ ਕਿ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਲਿਬਰਲ ਪਾਰਟੀ ਨੇ ਜੋ ਕੀਤਾ ਸਾਹਮਣੇ ਆ, ਤੁਸੀਂ ਉੱਥੇ ਵੀ ਕਮੈਂਟ ਕਰ ਦਿਓ, ਲੇਕਿਨ ਕੰਜ਼ਰਵੇਟਿਵ ਪਾਰਟੀ ਥੋੜ੍ਹਾ ਜਿਹਾ ਕੰਜੂਸੀ ਦੇ ਨਾਲ ਦਿਸ ਵੇ ਦੈਟ ਵੇ ਹਿਸਾਬ ਸਰ ਲੈ ਕੇ ਆਈ ਹੈ ਲੋਕਾਂ ਕੋਲ, ਉਸ ਕਿਸਮ ਦੀ ਗੱਲਾਂ ਬਾਤਾਂ ਕਰ ਰਹੀ ਹੈ। ਪੀਪਲਸ ਪਾਰਟੀ ਜਿਹੜੀ ਹੈ ਉਹ ਐਕਸਟ੍ਰੀਮ ਹੈ, ਉਹ ਕਹਿੰਦੇ ਕਿ 86 ਲੈਵਲ ਲੈ ਕੇ ਆਵਾਂਗੇ। ਤੁਹਾਡੀ ਪਾਰਟੀ ਕਿੱਥੇ ਖੜੀ ਹੈ? ਪਾਰਟੀ ਖੜੀ ਹੈ ਜੀ ਕਲੀਨ ਇਮੀਗ੍ਰੇਸ਼ਨ ਤੇ। ਲੋਕਾਂ ਦਾ ਜਿਹੜਾ ਸਾਤੋਂ ਪੁੱਛਿਆ, ਅਸੀਂ ਲੀਡਰ ਨੂੰ ਦੱਸਿਆ ਵੀ ਲੋਕ ਉੱਜੜ ਗਏ, ਲੋਕ ਪੱਟੇ ਗਏ। ਲੋਕਾਂ ਦੇ ਵਿੱਚ ਇਮੀਗ੍ਰੇਸ਼ਨ ਮਿਨਿਸਟਰ ਨੂੰ ਸਵਾਲ ਹੁੰਦਾ ਵੀ ਤੈਨੂੰ ਪਤਾ ਵੀ 40-40, 50-50 ਹਜ਼ਾਰ ਡਾਲਰ ਲੋਕਾਂ ਦਾ ਲੱਗ ਰਿਹਾ? ਉਹ ਗੱਲ ਮੈਨੂੰ ਤਾਂ ਪਤਾ ਨਹੀਂ। ਇੰਨਾ ਜਿਹੜਾ ਇਮੀਗ੍ਰੇਸ਼ਨ, ਕਲੀਨ ਇਮੀਗ੍ਰੇਸ਼ਨ ਮਤਲਬ ਜਿਹੜੇ ਆਉਣ ਉਹਨਾਂ ਦੀ ਸਥਾਪਤੀ ਹੋਵੇ, ਸਟੂਡੈਂਟ ਉਹਨਾਂ ਨੂੰ ਹੋਸਟਲ ਹੋਵੇ, ਸਿਰ ਤੇ ਛੱਤ ਹੋਵੇ, ਇਨਫਰਾਸਟ੍ਰਕਚਰ ਹੋਵੇ ਤਾਂ ਆਓ। ਆਮ ਲੋਕਾਂ ਦੀ ਪਾਰਟੀ ਦੁਨੀਆਂ ਦੇ ਵਿੱਚੋਂ ਵਧੀਆ ਜਿੰਨੇ ਵੀ ਬੰਦੇ ਨੇ ਆਉਣਾ ਚਾਹੁੰਦੇ ਨੇ, 3.5 ਕਰੋੜ ਬੰਦਾ ਹੁਣ ਵੀ ਆਉਣ। ਬਹੁਤ ਵਿਦਿਆਰਥੀ ਆਏ ਹੋਏ ਨੇ, ਬਹੁਤ ਵਿਜ਼ਿਟ ਵੀਜ਼ਾ ਤੇ ਆਏ ਹੋਏ ਨੇ, ਉਹਨਾਂ ਦੇ ਆਪਣੇ ਭਾਗ ਨੇ, ਉਹ ਖੁਸ਼ ਰਹਿਣ, ਇੱਥੇ ਆਬਾਦ ਰਹਿਣ, ਪਰ ਉਹਨਾਂ ਦੀ ਬਰਬਾਦੀ ਨਾ ਹੋ, ਲੁੱਟ-ਖਸੁੱਟ ਤੇ ਖੱਜਲ ਖਵਾਰੀ ਨਾ ਹੋ ਬਹੁਤ ਜ਼ਿਆਦਾ। ਹੁਣ ਕਿਹਦੇ ਕੋਲ ਨਹੀਂ ਇਹ ਪਤਾ? ਸਰੀ ਚ ਇੱਕ ਵਾਰ ਗੱਲ ਕਰ ਲਿਓ ਤੁਸੀਂ, ਦੇਖਿਓ ਲਾਈਨ ਕਿਹੋ ਜਿਹੀ ਹੈ, ਕਿਵੇਂ ਬਣੀ, ਕਿਵੇਂ ਵਿਜ਼ਿਟ ਵੀਜ਼ਾ ਮਿਲਦੇ ਨੇ, ਕਿਸ ਤਰ੍ਹਾਂ ਉਹ ਆਉਂਦੇ ਨੇ, ਕਿਸ ਤਰ੍ਹਾਂ ਵਿਜ਼ਿਟ ਵੀਜ਼ੇ ਤੋਂ ਵਰਕ ਪਰਮਿਟ ਚ ਵਰਤਿਆ ਜਾਂਦਾ, ਕੀ ਕੁਛ ਉਹਨਾਂ ਨਾਲ ਹੋ ਰਿਹਾ ਇਹ ਸਾਹਮਣੇ। ਪਰਮਵੀਰ ਸਿੰਘ ਗਰੇਵਾਲ ਸਾਹਿਬ, ਪਰਵੀਰ, ਹਾਂਜੀ, ਸਤਿ ਸ੍ਰੀ ਅਕਾਲ ਜੀ। ਮੇਰੇ 2-3 ਸਵਾਲ ਆ ਜੀ। ਗਿੱਲ ਸਾਹਿਬ ਹੋਣਾ ਨੇ ਆਪਣੇ ਪ੍ਰੋਗਰਾਮ ਤੇ ਇਸ਼ੂ ਰੇਜ਼ ਕੀਤਾ ਸੀਗਾ ਇਮੀਗ੍ਰੇਸ਼ਨ ਦਾ, ਜੋ ਰਿਫਿਊਜੀਆਂ ਦਾ, ਇਹਨਾਂ ਦੀ ਜਿਹੜੀ ਕਿਉਂਕਿ ਫੈਡਰਲ ਪਾਰਟੀ ਦੇ ਨਾਲ ਸੰਬੰਧਤ ਆ, ਜਿਹੜੇ ਰਿਫਿਊਜੀਆਂ ਦੀ ਪ੍ਰਾਹੁਣਚਾਰੀ ਦੇ ਬਾਰੇ ਆ, ਜਿਹੜਾ ਪੈਸਾ ਤਾਂ ਟੈਕਸ ਪੇਅਰ ਦਾ ਹੀ ਆ, ਉਹਦੇ ਬਾਰੇ ਕੋਈ ਇਹਨਾਂ ਦੀ ਪਾਰਟੀ ਦੀ ਕੋਈ ਕਲੀਅਰ ਪਾਲਿਸੀ ਹੈਗੀ ਹੈ ਵੀ ਉਹਨਾਂ ਨੂੰ? ਅਗਲਾ ਸਵਾਲ ਦੱਸੋ ਜਾਵੇ। ਅਗਲਾ ਸਵਾਲ ਹੈ ਅਫੋਰਡੇਬਿਲਟੀ ਦੇ ਬਾਰੇ। ਕਹਿ ਰਹੇ ਆ ਬਈ ਲਿਬਰਲ ਨੇ ਸਟ੍ਰੈਸ ਟੈਸਟ ਲਾਇਆ, ਉਹਦੇ ਨਾਲ ਇੰਡਸਟਰੀ ਦਾ ਸਤਿਆਨਾਸ ਹੋਇਆ। ਜੇ ਜਿਹੜਾ ਚੱਲ ਰਿਹਾ ਰਿਫਿਊਜੀਆਂ ਦਾ, ਮੈਂ ਇਸ ਗੱਲ ਦਾ ਦਾਅਵੇਦਾਰ ਹਾਂ ਵੀ ਬੰਦੇ ਆਉਣ, ਲੈ ਸਾਡੇ ਖੁਦਕੁਸ਼ੀ ਵਾਲੇ ਨੂੰ ਕਿਸੇ ਨੂੰ ਪੰਜਾਬ ਤੋਂ ਲਿਆਓ, ਕੱਲ ਨੂੰ ਦੂਜੇ ਦਿਨ ਦਿਹਾੜੀ ਜਾਊਗਾ ਉਹ ਕਰਨ। ਮੈਂ ਇਸ ਗੱਲ ਦਾ ਦਾਅਵੇਦਾਰ ਹਾਂ ਵੀ ਜਿਹਨੂੰ ਇਸ ਸਵਰਗ ਚ ਲਾਇਆ ਤੁਸੀਂ ਚੱਕ ਕੇ, ਉਹ ਕੰਮ ਕਰਨ ਲੱਗੇ। ਠੀਕ ਹੈ, ਅੰਗਰੇਜ਼ੀ ਦੀ ਮੁਸ਼ਕਲ ਹੈ, ਸਾਨੂੰ ਵੀ ਅੰਗਰੇਜ਼ੀ ਦੀ ਮੁਸ਼ਕਲ ਹੈ, ਸਾਡੀ ਸੈਕਿੰਡ ਲੈਂਗੁਏਜ ਆ ਸਾਰਿਆਂ ਦੀ, ਪਹਿਲੀ ਪੰਜਾਬੀ। ਜਿਵੇਂ ਇੱਥੇ ਦੇ ਜੰਪਲ ਜਵਾਕ ਸਾਡੇ ਨੂੰ ਪੰਜਾਬੀ ਨਹੀਂ ਬੋਲ ਸਕਦੇ, ਅਸੀਂ ਉਹਨਾਂ ਨੂੰ ਅੰਗਰੇਜ਼ੀ ਨਹੀਂ ਬੋਲ ਸਕਦੇ। ਕੰਮ ਕਰਨ, ਉਹ ਸਾਡੇ ਟੈਕਸ ਪੇਅਰਸ ਦੀ ਮਨੀ ਜਿਹੜੀ ਜਾ ਰਹੀ ਹੈ ਉਹ ਰੁਕੇ, ਉਹ ਕੰਮ ਕਰਨ, ਆਪਣੇ ਪਰਿਵਾਰ ਦੇ ਜੀਆਂ ਦਾ ਉਹ ਖਿਆਲ ਰੱਖਣ। ਇੱਕ ਤਾਂ ਇਹ, ਦੂਸਰਾ ਅਫੋਰਡੇਬਿਲਟੀ। 5 ਲੱਖ ਘਰ ਜਿਹੜਾ ਸੋਸ਼ਲ ਹਾਊਸਿੰਗ ਦੇ ਕਨਸੈਪਟ ਥੱਲੇ ਐਨਡੀਪੀ ਬਣਾਉਣਾ ਚਾਹੁੰਦੀ ਹੈ, 5 ਲੱਖ ਵੀ ਸਿਰ ਤੇ ਛੱਤ ਹੋਵੇ। ਜਦ ਅਫੋਰਡੇਬਿਲਟੀ ਹੋਗੀ, ਸਪਲਾਈ ਤੇ ਡਿਮਾਂਡ ਲੈਵਲ ਹੋਗੀ, ਤੁਹਾਡੀਆਂ ਕੀਮਤਾਂ ਘੱਟ ਜਾਣੀਆਂ। ਸਟ੍ਰੈਸ ਟੈਸਟ ਉਹਦਾ ਜਿਹੜਾ ਰਿਜ਼ਲਟ ਨਹੀਂ ਸੀ, ਸਟ੍ਰੈਸ ਟੈਸਟ ਉਹਦਾ ਸੋਲੂਸ਼ਨ ਨਹੀਂ ਸੀ, ਜਿਹਨੇ ਬਿਲਕੁਲ ਲੱਕ ਤੋੜਤਾ। 1.5-1.5 ਸਾਲ ਹੋ ਗਏ ਘਰ ਖੜਿਆਂ ਨੂੰ, ਉਹਨਾਂ ਨੂੰ ਹੱਥ ਲਾ ਕੇ ਦੇਖੋ ਕਹਿੰਦੇ ਕੀ। ਲਾਲਜੋਤ ਸਿੰਘ ਜੀ, ਤੁਹਾਡਾ ਸਵਾਲ ਕੀ ਹੈ? ਲਾਲਜੋਤ ਸਿੰਘ ਜੀ, ਹੈਲੋ, ਸਵਾਲ ਦੱਸੋ ਜੀ, ਕੀ ਹੈ ਜੀ ਛੁੱਟੀਆਂ ਨੇ? ਹਾਂਜੀ ਜਸਪੀਤ ਸਿੰਘ ਜੀ, ਆਪ ਤੇ ਆਪ ਜੀ ਮਹਿਮਾਨ ਜੀ ਆ। ਮੇਰਾ ਇਹ ਸਵਾਲ ਵਾ ਕਿ ਮਿਸਟਰ ਜਗਮੀਤ ਸਿੰਘ ਹੋਣਾ ਨੇ ਜਦੋਂ ਸਾਊਥ ਬੰਨਵੀ ਤੋਂ ਆਪਣੀ ਰਾਈਡਿੰਗ ਤੋਂ ਇਲੈਕਸ਼ਨ ਦੀ ਕੰਪੇਨ ਕਰੇ, ਉਹਨਾਂ ਕਿਹਾ ਵੀ ਅਫੋਰਡੇਬਿਲਟੀ, ਉਹ ਲੋ ਇਨਕਮ ਜਾਂ ਉਸ ਤਰ੍ਹਾਂ ਜਿਹੜੀ ਕੈਨੇਡਾ ਚ ਘਰਾਂ ਦੀ ਖਰੀਦੋ, ਅਫੋਰਡੇਬਿਲਟੀ ਜੇ NDP ਦੀ ਸਰਕਾਰ ਆਉਂਦੀ ਆ, ਉਹ ਅਫੋਰਡੇਬਿਲਟੀ ਵਾਸਤੇ ਫੰਡ ਕਿੱਥੋਂ ਲਿਆਊ, ਕਿੰਨੇ ਉਹ ਅਫੋਰਡੇਬਿਲਟੀ ਦੇ ਯੂਨਿਟ ਕਿੱਥੇ ਕੈਨੇਡਾ ਚ ਬਣਾਊ, ਤੇ ਕਿਸ ਤਰ੍ਹਾਂ ਬਣਾਊ, ਗੱਲ ਇਹ ਹੈ ਜਿੱਥੋਂ ਟਰੂਡੋ ਲਿਜਾ ਕੇ
ਹਜ਼ਾਰ ਪਰਿਵਾਰਾਂ ਨੂੰ ਦਿੰਦਾ ਨਾ ਰਿਫਿਊਜੀਆਂ ਨੂੰ, ਜਿਹੜਾ 150 ਮਿਲੀਅਨ ਇਹ ਖਰਚ ਕਰ ਰਿਹਾ ਕਿ ਸਾਡੇ ਜਵਾਕ ਬਾਹਰ ਜਾਣ, ਉਹਨਾਂ ਨੂੰ ਸਿਖਾਈਏ ਯੂਨੀਵਰਸਿਟੀਆਂ 'ਚ ਪੜ੍ਹਨ, ਅਤੇ ਬਾਹਰਲੇ ਨੂੰ ਜਾ ਕੇ ਦੱਸੀਏ ਸਾਊਥ ਈਸਟ ਏਸ਼ੀਆ 'ਚ ਅਤੇ ਲੈਟਿਨ ਅਮੈਰੀਕਾ 'ਚ ਸਾਡੇ ਦੇਸ਼ 'ਚ ਪੜ੍ਹਨ ਆਓ। ਸਰਕਾਰਾਂ ਕੋਲ ਜਿਹੜੇ ਪੈਸੇ ਨੇ ਉਹ ਤੁਹਾਡੇ ਅਤੇ ਮੇਰੇ ਟੈਕਸ ਪੇਅਰਸ ਦੀ ਮਨੀ ਹੈ। ਹਾਂ, NDP ਦਾ ਇਹ ਵਾਅਦਾ ਵੀ ਜਿਹੜੇ ਟੌਪ ਨੇ ਉੱਪਰਲੇ, ਜਿਨ੍ਹਾਂ ਦੇ ਕੋਲ ਮੜਾ ਮੂਹੀ ਮਾਇਆ ਜਾਂ 20 ਅਰਬ ਡਾਲਰ ਇੱਕ ਸਾਲ ਦੇ ਵਿੱਚ ਟੈਕਸ ਸ਼ੇਮਿੰਗ 'ਚ ਜਾਂਦਾ, ਜਿਹੜਾ ਬਾਹਰਲੇ ਦੇਸ਼ਾਂ ਦੇ ਵਿੱਚ ਆਫਸ਼ੋਰ ਜਾਂਦਾ, ਉਹਦੇ 'ਤੇ ਨੱਥ ਪਾ ਕੇ ਉਹ ਪੈਸਾ ਦੇਸ਼ ਦੇ ਵਿੱਚ ਰਹੂ, ਇਹ ਹੁੰਦਾ ਜਿੱਥੋਂ ਇਹ ਗਵਰਨੈਂਸ ਹੀ ਹੈ ਜੀ। ਪੈਸਾ ਤਾਂ ਉੱਥੇ ਹੀ ਹੋਣਾ, ਤੁਸੀਂ ਮੈਂ ਸਾਰੇ 100 ਚੋਂ 30 ਡਾਲਰ ਦਿੰਦੇ ਹਾਂ ਅਤੇ ਪੈਸਾ ਉੱਥੇ ਹੋਣਾ। 6-5 ਲੱਖ ਯੂਨਿਟ ਹੈ ਸਾਰੇ ਕੈਨੇਡਾ ਦੇ ਵਿੱਚ ਬਣਾਉਣ ਦਾ ਵਾਅਦਾ ਕੀਤਾ ਹੋਇਆ NDP। ਲੋਚਨ ਸਿੰਘ ਜੀ ਕੀ ਕਹਿਣਾ ਚਾਹੁੰਦੇ? ਸਤਿ ਸ਼੍ਰੀ ਅਕਾਲ ਜੀ ਦੋਨੋਂ ਬਾਈ ਜੀ। ਸਤਿ ਸ਼੍ਰੀ ਅਕਾਲ ਜੀ ਤੇ ਰਮਾਨ ਸਾਹਿਬ। ਬਾਈ ਜੀ, ਮੈਂ ਮੇਰਾ 2 ਕੁਐਸਚਨ ਨੇ। ਇੱਕ ਤਾਂ ਇਹ ਹੈ ਕਿ ਜਿਹੜੀ ਅਫੋਰਡੇਬਿਲਟੀ ਦੀ ਗੱਲ ਹੋ ਰਹੀ ਹੈ ਨਾ ਸਾਰੀ ਫੈਡਰਲ ਜਿਹੜੀ ਇਲੈਕਸ਼ਨ ਦੇ ਵਿੱਚ, ਉਹਦੇ 'ਚ ਜਿੱਦਾਂ ਇਹਨਾਂ ਨੇ ਕੈਪ ਲਾਏ ਨੇ 2, ਉਹਦਾ ਕ੍ਰੈਡਿਟ ਕਾਰਡ ਦਾ ਤੇ ਦੂਸਰਾ, ਤੇ ਕੀ ਜਿਹੜੀ ਪ੍ਰਾਈਸਿੰਗ ਦੇ ਉੱਤੇ ਕੈਂਪ ਨਹੀਂ ਲੱਗ ਸਕਦਾ ਘਰਾਂ ਦੀ, ਜਿਹੜੀ ਬੈਸਟ ਹੈਗੀ ਹੈ ਵੀ ਇਹਦੇ ਇਹ ਪ੍ਰਪੋਜ਼ਲ ਤੇ ਜਾਣਗੇ ਕਿ ਜੇ ਸਪੋਜ਼ ਕਰੋ ਇੱਕ ਘਰ ਦੇ ਉੱਤੇ ਕੋਸਟ 1 ਮਿਲੀਅਨ ਆਈ ਹੈ, ਉਹ 35% ਤੋਂ ਜ਼ਿਆਦਾ ਉਹਦੀ ਕੋਸਟ ਲਿਸਟ ਨਾ ਹੋ ਸਕੇ, ਇਹ ਜਿਹੜਾ ਲੌਂਗ ਟਰਮ ਸੋਲਿਊਸ਼ਨ ਹੋ ਸਕਦਾ ਹੈ, ਜਿਹੜਾ ਇੱਥੇ ਦੀ ਜਿਹੜੀ ਅਫੋਰਡੇਬਿਲਟੀ ਹੈ ਹਾਊਸਿੰਗ ਦੀ, ਉਹਦੇ ਵਾਸਤੇ ਇਹ ਇਹਦੇ ਲਈ ਇਹ ਆਪਸ਼ਨ ਤੇ ਜਾਣਗੇ। ਦੂਸਰੀ ਗੱਲ ਹੱਕਾਂ ਦੀ ਰਾਖੀ ਆ ਜਿਹੜੀ, ਉਹਦੇ ਤੇ ਪਾਰਟੀ ਖੜੀ ਆ ਰਮਾਣਾ ਸਾਹਿਬ। ਖੁੱਲੀ ਦੁਨੀਆ ਦੇ ਵਿੱਚ ਪਾਰਟੀ ਕੈਪ ਨਹੀਂ ਲਾ ਸਕਦੀ, ਇਹ ਨਿੱਜੀ ਤੌਰ ਤੇ ਹਰ ਇੱਕ ਦਾ ਡਿਸੀਜਨ ਆ। ਉਹ ਆਪਣਾ ਘਰ, ਮੈਂ ਘਰ ਆਪਣਾ 12 ਲੱਖ ਦਾ ਵੇਚਣਾ ਚਾਹਾਂ, ਮੈਨੂੰ ਕੋਈ ਨਹੀਂ ਕਹਿ ਸਕਦਾ 9 ਲੱਖ ਦਾ ਵੇਚ। ਪਰ ਜਦ ਅਫੋਰਡੇਬਿਲਟੀ ਦੇ ਵਿੱਚ ਸਪਲਾਈ ਤੇ ਡਿਮਾਂਡ ਲੈਵਲ ਤੇ ਹੋਊਗੀ, ਕਰਾਂਦੀਆਂ ਬੇਇਤਿਹਾਸ਼ਾ ਕੀਮਤਾਂ ਨਹੀਂ ਵੱਧਦੀਆਂ, ਇੱਕ ਗੱਲ। ਦੂਸਰੀ ਗੱਲ, ਮੈਂ ਇਹਦੇ ਅਫੋਰਡੇਬਿਲਟੀ ਤੇ ਐਜੂਕੇਸ਼ਨ ਤੇ ਬਰਾਬਰਤਾ ਤੇ ਜਿੱਥੇ ਪਾਰਟੀ ਦਾ ਗਾਡੀ ਰਾਹ, ਮੈਨੂੰ ਇਹ ਲੱਗਿਆ ਜਾਂ ਮੈਂ ਅਬੋਰਸ਼ਨ ਦੀ ਗੱਲ ਕਰ ਰਿਹਾ ਸੀ, ਪਾਰਟੀ ਦਾ ਮੈਂ ਲਾਈਨ ਕਲੀਅਰ ਕਰਤੀ। ਪਰ ਮੇਰਾ ਮਨ ਇਹ ਹੈ ਵੀ ਜਦ ਬਰਾਬਰਤਾ ਹੋ ਗਈ, ਸਾਰੇ ਆਪਾਂ ਖੁਸ਼ ਹੋਏ, ਕਿਹਦਾ ਜੀ ਕਰਦਾ ਆਪਣੇ ਖੂਨ ਨੂੰ ਮਾਰਨ ਦੇ ਲਈ? ਜਾਂ ਸਮਾਜ ਇਹੋ ਜਿਹਾ ਸਿਰਜਦਾ ਜਿੱਥੇ ਕਿਸੇ ਨਾਲ ਧੋਖਾ ਨਾ ਹੋਵੇ, ਕਿਸੇ ਨਾਲ ਕੋਈ ਗਲਤ ਨਾ ਹੋਵੇ? ਤਾਂ ਉਹ ਮੈਨੂੰ ਲੱਗਦਾ, ਕਿਉਂਕਿ ਅਸੀਂ ਉਸ ਰਾਹ ਦੇ ਪਾਂਧੇ ਹਾਂ, ਬਈ ਸੋ ਕਿਉਂ ਮੰਦਾ ਆਖੇ ਜਿੱਤ ਜੰਮੇ ਰਾਜਾਨ, ਜਿੱਥੋਂ ਅਸੀਂ ਸ਼ੁਰੂ ਹੋਏ, ਜਿਹਦੀ ਸੋਵਰਨ ਕੁੱਖ 'ਚੋਂ ਰਾਜੇ ਜੰਮੇ, ਉਹਨਾਂ ਉਹ ਅਬੋਰਸ਼ਨ ਜਿਹੜਾ ਉਹ ਮੈਂ ਨਿੱਜੀ ਤੌਰ 'ਤੇ ਇਸ ਤਰ੍ਹਾਂ ਸੋਚਦਾ ਵੀ ਸਮਾਜ ਇਹ ਅਜਿਹਾ ਹੋਵੇ ਜਿੱਥੇ ਧੀਆਂ ਨੂੰ ਸਤਿਕਾਰ ਮਿਲੇ, ਅਤੇ ਨਾਲ ਹੀ ਕੁਛ ਅਜਿਹਾ ਨਾ ਹੋਵੇ ਕਿ ਉਹਨਾਂ ਨੂੰ ਅਬੋਰਸ਼ਨ ਕਰਨਾ ਪਵੇ। ਮਿਸਟਰ ਗਰੇਵਾਲ, ਸਤਿ ਸ਼੍ਰੀ ਅਕਾਲ। ਗਰੇਵਾਲ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਜੀ, ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਇਹ ਹੈ ਜੀ, ਵੀ ਜਿਹੜੇ ਮੈਡੀਕਲ ਪ੍ਰੋਫੈਸ਼ਨ ਚੂਜ਼ ਕਰਕੇ ਬੱਚੇ ਸਾਡੇ ਬਾਹਰ ਪੜ੍ਹਨ ਜਾ ਰਹੇ ਆ ਜੀ, ਉਹਨਾਂ ਨੂੰ ਬੈਕ ਲਿਆਉਣ ਦੇ ਵਿੱਚ ਤੁਹਾਡੀ ਜਦੋਂ ਸਰਕਾਰ ਆ ਜਾਂਦੀ ਆ, ਵੀ ਤੁਹਾਡਾ ਕੀ ਉਦਮ ਹੋਊਗਾ ਉਹਨਾਂ ਨੂੰ ਇੱਥੇ? ਕਿਉਂਕਿ ਜਿਹੜੇ ਡਾਕਟਰ ਬਾਹਰ ਕਰ ਰਹੇ ਆ ਜੀ ਇਸ ਪ੍ਰੋਫੈਸ਼ਨ ਦੇ ਵਿੱਚ, ਕਿਉਂਕਿ ਬਹੁਤ ਲੋੜ ਆ ਸਾਨੂੰ ਡਾਕਟਰਾਂ ਦੀ, ਉਹਨਾਂ ਬੱਚਿਆਂ ਨੂੰ ਤੁਹਾਡਾ ਕੀ ਹੋਏਗਾ ਪ੍ਰੋਗਰਾਮ, ਵੀ ਕਿਵੇਂ ਵਾਪਸ ਲਿਆਂਦਾ ਜਾਊਗਾ? ਕੀ ਕਦੇ ਤੁਸੀਂ ਸਰਵੇਖਣ ਕਰਾਓਗੇ ਵੀ ਕਿੰਨੇ ਬੱਚੇ ਬਾਹਰ ਪੜ੍ਹਨ ਗਏ ਤੇ ਉਹਨਾਂ ਚੋਂ ਕਿੰਨੇ ਸਾਡੇ ਕੋਲ ਪੈ? ਜੀ, ਮਿਹਰਬਾਨੀ। ਨਾਲੇ ਤਾਂ ਡਾਲਰ ਗਿਆ ਜੀ, ਨਾਲੇ ਜਵਾਕ ਰੈਜੀਡੈਂਸ ਕਰਨ ਗਿਆ ਅਮਰੀਕਾ ਤੇ ਮੁੜ ਨਹੀਂ ਦਿੰਦੇ, ਉੱਥੇ 550 ਮਿਲੀਅਨ ਬੰਦਾ ਰਹਿੰਦਾ, ਉਹ ਨਹੀਂ ਆਉਣ ਦਿੰਦੇ। ਜਦ ਥ੍ਰੈਸ਼ਹੋਲਡ ਨੂੰ ਲੋਅ ਕਰਤਾ ਤੁਸੀਂ, ਐਕਸੈਪਟੈਂਸ 80% ਦੀ ਹੋ ਗਈ, ਇਨਫਰਾਸਟ੍ਰਕਚਰ ਵਧਾ ਤਾ, ਪ੍ਰੋਫੈਸਰ ਵਧਾ ਤੇ, ਤੇ ਸੀਟਾਂ ਵੱਧ ਗਈਆਂ, ਮੇਰੇ ਖਿਆਲ ਨਹੀਂ ਜਵਾਕ ਬਾਹਰ ਜਾਣਗੇ। ਇੱਕ ਤਾਂ ਪੈਸਾ ਸਾਡਾ ਬਹੁਤ ਜ਼ਿਆਦਾ, ਮੱਕ ਨੂੰ ਪੁੱਛੋ ਲੱਕ ਤੋੜਤਾ। ਇੱਕ ਬੰਦੇ ਤੁਸੀਂ ਇੱਕ ਕਲਾਸ ਦੇ ਵਿੱਚ
ਜਿੱਥੇ 25 ਬੱਚੇ ਸੀ ਉੱਥੇ 20 ਇੰਟਰਨੈਸ਼ਨਲ ਲਾ ਰਹੀਆਂ ਨੇ ਯੂਨੀਵਰਸਿਟੀਆਂ, ਜਿਹਦੇ ਉੱਤੇ 7,000 ਦੀ ਜਗ੍ਹਾ $25,000 ਉਹ ਸਾਲ ਦਾ ਦੇ ਰਹੇ ਨੇ ਟਿਊਸ਼ਨ, ਤੇ 5 ਸੀਟਾਂ ਦੇ ਵਿੱਚ ਤੁਸੀਂ ਉਹਦਾ ਲੈਵਲ ਵਧਾਤਾ ਵੀ ਤਾਂ 90% ਤੋਂ ਥੱਲੇ ਨਹੀਂ ਜਾ ਸਕਦੇ। ਮਾਪਿਆਂ ਦੀ ਆਮਦਨਾਂ, ਜਵਾਕ 4 ਸਾਲ ਪੜ੍ਹਾਂ ਗਿਆ ਉਹ ਬਾਅਦ 'ਚ ਸਿੱਖਿਆ, ਸਿੱਖਣ ਤੋਂ ਬਾਅਦ ਰੈਜੀਡੈਂਸ ਲਈ ਅਮਰੀਕਾ ਗਿਆ, ਕੈਰੇਬੀਅਨ ਆਈਲੈਂਡ ਤੋਂ ਕਿਤੋਂ ਵੀ, ਉਹਨੇ ਮੁੜ ਕੇ ਨਹੀਂ ਜੀ ਆਉਣਾ। ਪਾਰਟੀ ਇਸ 'ਤੇ ਕੰਮ ਕਰ ਰਹੀ ਹੈ ਕਿ ਇਹਨੂੰ ਜਿਹੜੀ ਪੋਸਟ ਸੈਕੰਡਰੀ ਜਿਹੜੀ ਸਾਰੀ ਜਿਹੜੀ ਬਿਲਕੁਲ ਟਿਊਸ਼ਨ ਆ ਫ੍ਰੀ ਕੀਤੀ ਜਾਵੇ, ਇਹ ਬਹੁਤ ਵੱਡੀ ਗੱਲ ਜੀ। ਹੋਰ ਕਾਲ ਜੇ ਅਸੀਂ ਲੈਣੀਆਂ, ਸੁਖਵਿੰਦਰ ਸਿੰਘ ਤੁਸੀਂ ਆਖਰੀ ਕਾਲ ਕਰੋ ਤੇ ਉਸ ਤੋਂ ਬਾਅਦ ਫਿਰ ਆਪਾਂ ਗੱਲ ਨੂੰ ਕੰਕਲੂਡ ਕਰਦੇ ਹਾਂ। ਸੁਖਵਿੰਦਰ ਸਿੰਘ ਹੈਲੋ, ਸੁਖਵਿੰਦਰ ਜੀ ਸਤਿ ਸ੍ਰੀ ਅਕਾਲ ਗਿੱਲ ਸਾਹਿਬ ਸਤਿ ਸ੍ਰੀ ਅਕਾਲ ਜੀ, ਸਰੀ ਨੂੰ ਬਹੁਤ ਬਹੁਤ ਮੈਂ ਮੁਬਾਰਕਬਾਦ ਦੇਣਾ ਕਿ ਧੱਲੇਦਾਰ ਉਮੀਦਵਾਰ ਜੇ ਆਏ ਆ ਤੇ ਇਹਨਾਂ ਨੂੰ ਇੱਕ ਵਾਰੀ ਤਾਂ ਮੌਕਾ ਜ਼ਰੂਰ ਦੇਣਾ ਚਾਹੀਦਾ। ਦੂਜੀ ਗੱਲ ਇਹ ਕਿ ਮੈਂ ਪ੍ਰਾਈਸ ਦੇ ਬਾਰੇ ਗੱਲ ਕਰਨੀ ਜੀ, ਇੱਥੇ ਬਹੁਤ ਜ਼ਿਆਦਾ ਹਰ ਇੱਕ ਚੀਜ਼ ਦੇ ਉੱਤੇ ਲੋਟਰੀ ਹੁੰਦੀ ਹੈ, ਇਹਦੇ 'ਚ ਕੋਈ ਮੈਕਸੀਮਮ ਪ੍ਰਾਈਸ ਕੋਈ ਹਰ ਪ੍ਰੋਡਕਟ ਦੇ ਉੱਤੇ ਜਿਵੇਂ ਆਪਣੇ ਲਿਖਿਆ ਆਉਂਦਾ ਉੱਦਾਂ ਨਹੀਂ ਹੋ ਸਕਦਾ। ਦੂਜਾ ਜਿਹੜੀਆਂ ਮੋਨੋਪਲੀ ਆ ਵੀ ਜਿਹੜਾ ਬਿਜ਼ਨਸ ਇੱਕ ਨੂੰ ਦੇਤਾ ਜੀ ਉਹਨੂੰ ਹੀ ਹੋਰ 5 ਬਿਜ਼ਨਸ ਅੱਗੇ ਦਿੰਦੀਆਂ, ਵੱਡੀਆਂ ਵੱਡੀਆਂ ਕੰਪਨੀਆਂ ਜਿਹੜੀਆਂ 7-8 ਇੱਥੇ ਫਿਰਦੀਆਂ ਅਮਰੀਕਨ ਉਹਨਾਂ ਦੇ ਉੱਤੇ, ਤੇ ਜਿਹੜੀਆਂ ਡੀਲਰਸ਼ਿਪਾਂ ਵੱਲੋਂ ਆਮ ਆਪਰੇਟਰ ਟਰੱਕ ਆਪਰੇਟਰਾਂ ਦੀ ਹੋ ਰਹੀ ਲੁੱਟ ਬਾਰੇ ਘੰਟਿਆਂ ਦੇ ਵਿੱਚ, ਦੂਜਾ ਤੀਜਾ ਸ਼ੋਪ ਸਪਲਾਈ ਦੇ ਨਾਂ ਤੇ ਠੱਗੀ, ਇਹਨਾਂ ਬਾਰੇ ਕੋਈ ਪਾਲਿਸੀ ਮਿਹਰਬਾਨੀ ਸੋ ਇਹਨਾਂ ਦਾ ਜਵਾਬ ਵੀ ਦੇ ਦਿਓ ਤੇ ਸਾਰੀ ਗੱਲ ਨੂੰ ਕੰਕਲੂਡ ਵੀ ਕਰ ਦਿਓ ਕਿ ਅੱਜ ਦੀ ਤਰੀਕ ਦੇ ਵਿੱਚ ਤੁਸੀਂ ਸਿਆਸੀ ਅਰੀਨੇ ਦੇ ਵਿੱਚ ਜਿੰਨੇ ਕੁ ਦਿਨ ਤੁਸੀਂ ਘਰ ਖੜਕਾ ਲਏ ਨੇ, ਜਿੰਨਾ ਕੁ ਤਜਰਬਾ ਤੁਹਾਨੂੰ ਹੋਇਆ, ਗਿੱਲ ਸਾਹਿਬ ਅਖੀਰ ਦੇ ਉੱਤੇ ਤੁਸੀਂ ਕੀ ਕਰਨਾ ਚਾਹੋਗੇ ਇਸ ਚੋਣ ਦੇ ਵਿੱਚ, ਇਸ ਕੈਂਪੇਨ ਦੌਰਾਨ ਜਿੱਤਣ ਤੋਂ ਬਾਅਦ, ਅਤੇ ਕੀ ਤੁਹਾਡੀਆਂ ਆਸਾਂ ਉਮੀਦਾਂ ਨੇ? ਸਾਰੀ ਗੱਲ ਨੂੰ ਕੰਕਲੂਡ ਕਰ ਦਿਓ। ਬਿਲੀਅਨਸ ਆਫ ਡਾਲਰ ਬੇਲਿੰਗ ਦੇ ਲਈ ਕ੍ਰੈਸਲਰ ਨੂੰ ਤੇ ਹੋਰ ਵੱਡੀਆਂ ਕੰਪਨੀਆਂ ਨੂੰ ਲਿਬਰਲਸ ਨੇ ਪਿੱਛੋਂ ਦੇਤਾ, ਨੌਕਰੀਆਂ ਫੇਰ ਵੀ ਨਾ ਹੋਈਆਂ, ਔਸ਼ਵਾ ਵਾਲੇ ਪਲਾਂਟ ਬੰਦ ਕਰਕੇ ਕ੍ਰੈਸਲਰ ਭੱਜ ਰਹੀ ਹੈ, GMB ਭੱਜ ਰਹੀ ਹੈ। ਨੰਬਰ 2, SNC ਲੈਵਲੈਂਡ ਦੇ ਕੇਸ ਦੇ ਵਿੱਚ ਜਿੱਥੋਂ ਪੈਸੇ ਆ ਰਹੇ ਨੇ ਉਹ ਵੱਡਿਆਂ ਨੂੰ ਕਿਸ ਤਰ੍ਹਾਂ ਟੂਡੋ ਨੇ, ਐਥਿਕਸ ਕਮਿਸ਼ਨਰ ਨੇ ਕਹਿ ਕੇ ਦੱਸਤਾ ਵੀ ਇਹ ਕਨਫਲਿਕਟ ਆਫ ਇੰਟਰਸਟ ਇਹਦੇ ਤੇ ਆ, ਇਹ ਉਲੰਘਣਾ ਹੋਈ ਹੈ ਵੀ ਤੁਸੀਂ ਯੂਨੀਵਰਸਲ ਰੇਬਲ ਨੂੰ, ਜਸਟਿਸ ਮਿਨਿਸਟਰ ਨੂੰ 22 ਵਾਰ ਤੁਸੀਂ ਚੈਲੰਜ ਜਿਹੜਾ ਦੱਬਿਆ, ਦੱਬਣ ਤੋਂ ਬਾਅਦ ਤੁਸੀਂ ਉਸ ਨੂੰ ਸਨਬ ਕੀਤਾ ਤੇ ਉਹਨੂੰ ਇਹ ਕਿਹਾ ਵੀ ਡੈਫਰਡ ਪ੍ਰੋਸੀਕਿਊਸ਼ਨ ਦੇ ਵਿੱਚ ਇਹਨਾਂ ਨੂੰ ਲੈ ਕੇ ਆ। ਨੌਕਰੀਆਂ ਤਾਂ ਸਾਡੀਆਂ ਵੀ ਜਾ ਰਹੀਆਂ ਨੇ, ਆਮ ਲੋਕਾਂ ਦੀ ਜ਼ਿੰਦਗੀ ਲਿਆਓ ਕਰੋ, ਟੈਕਸ ਟਰੱਕਿੰਗ ਇੰਡਸਟਰੀ ਨੂੰ ਬੇਲ ਆਊਟ, ਜਿਹੜੇ 10-20 ਟਰੱਕ ਜਿਹਦੇ ਤੇ ਲੋਕ ਕੰਮ ਕਰ ਰਹੇ ਨੇ ਉਹ ਫੇਲ ਹੋ ਰਿਹਾ, ਸਾਂਭੋ ਉਹਨੂੰ। ਟੈਕਸੀ ਇੰਡਸਟਰੀ ਦਾ ਖਿਆਲ ਰੱਖੋ, ਬਰਾਬਰਤਾ ਦੀ ਗੱਲ ਆਵੇ, ਉੱਪਰ ਲੈਵਲ ਪਲੇਇੰਗ ਫੀਲਡ ਹੋਵੇ। ਮੈਂ ਮੇਰਾ ਨਿੱਜੀ ਅੰਤਰੀਬ ਆ, ਬਾਕੀ ਦੇਖੋ ਸੁਣਿਓ ਬਾਹਰ ਸੁਣਨ ਵਾਲੇ ਜਿਹੜੇ ਨੇ, ਮੈਂ ਸਥਾਪਤੀ ਨੂੰ ਚੈਲੰਜ ਕੀਤਾ ਜਾਂ ਸਥਾਪਤੀ ਬਰਿਆਂ ਦਾ ਇੱਕ ਦਫ਼ਤਰ ਦੀ ਆਕੂਪੇਸ਼ਨ ਜਾਂ ਉਹ ਸਥਾਪਤੀ ਵੀ ਤੁਸੀਂ ਲੋਕਾਂ ਦੇ ਲਈ ਲੋਕਤੰਤਰੀ ਤਰੀਕੇ ਦੇ ਨਾਲ ਨੋਮੀਨੇਸ਼ਨ ਵੀ ਨਾ ਖੋਲੋ ਤੇ ਬਾਹਰਲੀਆਂ ਸਰਕਾਰਾਂ ਜ਼ੋਰ ਕਰਕੇ ਆਪਣਾ ਬੰਦਾ ਕੈਂਡੀਡੇਟ ਬਣਾ ਦੇਣ, ਮੈਂ ਉਸ ਸਥਾਪਤੀ ਨੂੰ ਕੀਤਾ ਤੇ ਬਾਹਰ ਬੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ, ਜੇਬ ਚੋਂ ਖੀਸੇ ਚੋਂ ਕੱਢ ਕੇ ਨਾ ਪੋਲ ਬਹੁਤ ਦਿਖਾਉਂਦੇ ਆ ਕਈ। ਆ ਦੇਖੋ ਹਰਜੀਤ ਤਾਂ 3 ਨੰਬਰ ਤੇ ਆ, ਉਹ ਤਾਂ ਪਤਾ ਉਦੋਂ ਲੱਗੂ ਜਦੋਂ ਨਾਰੇ ਦੇ ਸਿੰਘਾਂ ਨੂੰ ਹੱਥ ਪਿਆ ਵੀ ਗੱਲ ਕਿੱਥੇ ਖੜੀ ਹੈ। ਪੋਲਾਂ ਪਾਲਾਂ ਸਭ ਫੇਲ ਹੋ ਜਾਂਦੀਆਂ ਨੇ, ਜਾਂ ਫਿਰ ਜਿੱਦਣ ਡਿਬੇਟ ਹੋਈ ਤਿੰਨੇ ਲੀਡਰ ਖੜੇ ਜਿੱਥੇ, ਫਿਰ ਜਗਮੀਤ ਸਿੰਘ ਹੋਣੀ ਦੱਸਣਗੇ ਵੀ ਮੈਂ ਕੀ ਸੋਚਦਾ। ਇੱਕ ਹੋਰ ਗੱਲ ਕਹੀ ਜਾ ਰਹੀ ਆ ਬਾਹਰ, ਉਹ ਜਿਹੜੇ ਕਈ ਬੰਦੇ ਉਹ ਇਹ ਕਹਿੰਦੇ ਨਾ ਹਰਜੀਤ ਮੇਰੀ ਤਾਂ ਲੜਾਈ ਉਹ ਹੈ ਨਹੀਂ, ਮੇਰੀ ਤਾਂ ਲੜਾਈ ਉਹ ਦੂਜੇ ਬੰਨੇ ਆ, ਤੁਸੀਂ ਬੈਡ ਨਾ ਫੀਲ ਕਰੋ, ਮੇਰੇ ਪੁਰਾਣੇ ਜਿਹੜੇ ਤੁਸੀਂ ਸਪੋਰਟਰ ਹੋ ਹਰਜੀਤ ਵੱਲ ਨੂੰ ਨਾ ਜਾਓ। ਜੇ ਪੋਲ ਦੇ ਵਿੱਚ 3 ਨੰਬਰ ਤੇ ਆ ਫਿਰ ਰਾਤਾਂ ਦੀ ਨੀਂਦ ਕਾਹਦੇ ਲਈ ਵਿਗੜੀ ਹੋਈ ਆ,
ਆਪਣਾ ਆਪਣਾ ਕੰਮ ਕਰੋ, ਆਪਣੇ ਆਪਣਾ ਜ਼ੋਰ ਲਾਓ, ਆਪਣਾ ਆਪਣਾ ਕੰਮ ਦੱਸੋ, ਆਪਣੀ ਆਪਣੀ ਵਿਅਕਤੀਤਵ ਦੱਸੋ, ਤੇ ਇੱਜ਼ਤ ਦੇ ਨਾਲ ਆਪਾਂ ਕੰਪੇਨ ਲੜੀਏ। ਆਪਾਂ ਇੱਥੇ ਹੀ ਰਹਿਣਾ, ਇੱਥੇ ਇੱਕ ਦੂਜੇ ਨਾਲ ਰਹਿਣਾ, ਸਿੱਧੀਆਂ ਗੱਲਾਂ ਕਰੀਏ, ਪੁੱਠੀਆਂ ਗੱਲਾਂ ਨਾ ਕਰੀਏ। ਤੁਹਾਡਾ ਸਟੂਡੀਓ 'ਚ ਸਮਾਂ ਕੱਢ ਕੇ ਆਉਣ ਲਈ ਬਹੁਤ ਬਹੁਤ ਸ਼ੁਕਰੀਆ, ਤੇ ਗੱਲਬਾਤ ਚੱਲਦੀ ਰਹਿਣੀ ਆਪਣੀ, ਇਹੀ ਨੰਬਰ ਜਦ ਰਹਿਣਾ ਜਿੱਦਣ ਸਹੁੰ ਚੁੱਕੀ। ਸੋ ਤੁਹਾਡੇ ਤੱਕ ਤੁਹਾਡੀ ਐਕਸੈਸਿਬਿਲਟੀ, ਤੁਹਾਡੀ ਆਵਾਜ਼ ਹੈ ਤੁਹਾਡੇ ਨਾਲ ਹਰ ਮੀਂਹ ਹਨੇਰੀਆਂ ਚ ਰੜਿਆਂ ਦੇ ਵਿੱਚ, ਜਿੱਥੇ ਕਮਿਊਨਿਟੀ ਨੇ ਆਵਾਜ਼ ਮਾਰੀ, ਪਿੱਠ ਨਹੀਂ ਕੀਤਾ ਤੇ ਨਾ ਹੀ ਕਦੇ ਬੁੱਕਲ 'ਚ ਗੁੜ ਭੰਨ ਕੇ ਖਾਧਾ। ਆਪਣੀ ਵੋਟਾਂ ਦਾ ਵੱਧ ਤੋਂ ਵੱਧ ਅਧਿਕਾਰ ਦਾ ਬਹੁਤ ਪੁਰਖਿਆਂ ਨੇ ਔਖਾ ਲੈ ਕੇ ਦਿੱਤਾ, ਉਹਦਾ ਅਧਿਕਾਰ ਵਰਤਿਓ, ਤੇ ਸਾਰਿਆਂ ਨੂੰ ਬੇਨਤੀ ਹੈ ਵੋਟ ਜ਼ਰੂਰ ਪਾਏ। ਬਹੁਤ ਗੁੱਝੀਆਂ ਟਕੋਰਾਂ ਮਾਰਦੇ, ਇਹਨੂੰ ਟ੍ਰਾਂਸਲੇਸ਼ਨ ਕਰਨੀ ਔਖੀ ਹੋ ਜਾਂਦੀ ਬਸ। ਹਾਂ ਬਸ ਤਾਂ ਹੀ, ਕਿਉਂਕਿ ਰਿਕਾਰਡਿੰਗ ਚੱਲ ਰਹੀ ਹੈ ਨਾ 40 ਦਿਨਾਂ ਦੀ। ਧੰਨਵਾਦ, ਸਮਾਂ ਕੱਢਣ ਲਈ ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ।